ਮੈਂ ਤੁਸਾਂ ਨੂੰ ਮੇਜ਼ ਬੰਦ ਨਦੀਮ ਰਾਣਾ ਤੁਸਾਂ ਨੇ ਪਸੰਦੀਦਾ ਪੇਜ ਜ਼ਿੰਦਗੀ ਬੇਵਲ ਨੀ ਪਰ ਲਾਈਵ ਮੈਂ ਅੱਜ ਮਾਰੇ ਮਹਿਮਾਨ ਹੈ ਮਰੂਫ ਮਾਦੇ ਤਾਲੀਮ ਮੈਨੇਜਿੰਗ ਡਾਇਰੈਕਟਰ ਦੀ ਰੂਲ ਸਕੂਲ ਸਿਸਟਮ ਬੇਵਲ ਕੈਂਪਸ ਇਹਨਾਂ ਨਾਲ ਤਾਲੀਮੀ ਵਾਇਨ ਗੁਫਤਗੋਸੀ ਜੀ ਤਾਂ ਇਹਨਾਂ ਨੂੰ ਬਹੁਤ ਸਾਰੇ ਬਾਲ ਦੇ ਨਮਸਤੇ ਸੁਦਮਨ ਸਾਬ ਬੋਤੋ ਸੀ ਤਹ ਕੋਸ਼ਿਸ਼ ਕਰ ਸੰਕੇਤ ਸੰਗੀ ਅੱਛਾ ਪ੍ਰੋਗਰਾਮ ਰਸਿਆ ਹੈ ਹੋਰ ਤੁਸਾਂ ਨੂੰ ਮਾਲੂਮਾਤ ਵਿੱਚ ਕੁਝ ਅਜ਼ਾਫਾ ਹੀ ਹੋਇਆ ਹੈ ਸਾਡੇ ਨਾਲ ਰਿਹਾ ਹੈ ਪੋਸਟ ਕੀ ਲਾਈਕ ਕਰਿਆ ਕਮੈਂਟ ਕਰਿਆ ਸ਼ੇਅਰ ਕਰਿਆ ਹੈ ਕੋ ਗੱਲ ਬਾਤ ਹੋਇਆ ਗੁਫਤਗੂ ਹੈ ਕਮੈਂਟ ਦੀ ਸੁਰਤ ਹੀ ਸਾਣਾ ਤੁਸਾਂ ਸ਼ੇਅਰ ਕਰ ਸਕਣੇ ਹੋ ਤੇ ਪ੍ਰੋਗਰਾਮ ਨਾਲ ਮੈਂ ਕਾਦਾ ਸਲਾਹ ਸ਼ੁਰੂ ਕਰਨੇ ਤੋਂ ਪਹਿਲੇ ਮੈਂ ਤੁਸਾਂ ਆਪਣੇ ਮਹਿਮਾਨਤ ਤਾਰੀਫ ਕਰਾਉਣਾ ਜੁਨਾ ਕਿ आफ्ताब असलम साहब किसी तारफ ने मुहताज नहीं फिर भी सुनने की दसी चुला कि बेवल ने सियासी और, स्यासी और ने ने समाजी और मुहजस शख्सियत आज मोहम्मद असलम साहब ने फजा दे आप भी समाजी कामा बड़ी बढ़ी चढ़ी के साथ खेलों ने हवाले नाल भी इन्हों ने बड़िया खिदमात समाजी हवाले ने बड़िया खिदमातियां ਤੇ ਉਹਨੇ ਆਪਣਾ ਸਕੂਲ ਚਲਾਣੇ ਪੇ ਦੀ ਰੂਲ ਸਕੂਲ ਸਿਸਟਮ ਬੇਵਲ ਕੈਂਪਸ ਬੜੇ ਛੇ ਤਰੀਕੇ ਨਾਲ ਜਾਰੀ ਯੋਸਾਰੀਆਂ ਇਲਾਕੇ ਦੀ ਖੇਮਤ ਕਰਨੇ ਪਏ ਔਰ ਜੀਤਾ ਤੱਕ ਗਰੀਬ ਔਰ ਮੁਸਤੈਕ ਤਲਬਾ ਜਿਹੜੇ ਐਬਿਲਟੀ ਰੱਖਣੇ ਲਾਇਕੇ ਉਹਨਾਂ ਕੀ ਵੀ ਆਪਣੀ ਤਰਫੋਂ ਫਰੀ ਨਾ ਸਿਰਫ ਤਾਲੀਮ ਦੇਣਾ ਬਲਕੇ ਫੀਸਾ ਮਾਫ ਕਰਨੇ ਨਾ ਬਲਕੇ ਉਹਨਾਂ ਕੀ ਯੂਨੀਫਾਰਮ ਵਗਾਰਾ ਵੀ ਨਾ ਆਪਣੀ ਤਰਫੋਂ ਦੇਣੇ ਆਪਣੀ ਜੇਬ ਵਿੱਚ ਨਹੀਂ ਕਿ ਦੇਣੇ ਔਰ ਇਹਨਾਂ ਨੂੰ ਖੂਸੀ ਮਾਹੁਨਤ ਕਰਨੇ جناب ਬਾਜੀ ਮੁਹੰਮਦ ਅਸलम ਸਾਹਿਬ ਅੱਲਾਹ ਤਾਲਾ ਇਨਾ ਕੀ ਹੋਰ ਮਦਦ ਹੋਰ ਤੋਫੀਕ ਦੇ ਕੇ ਆਪਣੇ ਇਲਾਕੇ ਨੇ ਬਿਹਤਰ ਸੋ ਬਿਹਤਰ ਖਿਦਮਤ ਕਰ ਸਕਣ ਆਪਣੇ ਲੋਕਾਂ ਦੀ ਖਿਦਮਤ ਕਰ ਸਕਣ ਬੇਵਿਲੇ ਆਲੀਨ ਖਿਦਮਤ ਕਰ ਸਕਣ ਤੋਂ ਅਮਨ ਸੈਸ਼ਨ ਸ਼ੁਰੂ ਕਰਨੇ ਗਵਤਗੂ ਨਾਲ ਜਨਾਬ ਮੈਂ ਇਹਨਾਂ ਦਾ ਤਾਰਫ ਤੋਂ ਸਨ ਕਰਾਈ ਛੋੜਿਆ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਕਿ ਤੁਸਾਂ ਆਪਣੇ ਜ਼ਿੰਦਗੀ ਬੇਬਲ ਨੀ ਤੁਸਾਂ ਇਸ ਵਿੱਚ ਅਹ ਮਧੂ ਕੀਤਾ ਤੇ ਬਹੁਤ ਅਹ ਸ਼ੁਕਰੀਆ ਸਭ ਤੋਂ ਅਹ ਮੈਂ ਇਸ ਚੀਜ਼ ਲਈ ਤੁਸਾਂ ਇਸ ਤਰ੍ਹਾਂ ਸਾਂ ਕਿ ਤੁਸਾਂ ਇਸ ਚੀਜ਼ ਦੀ ਜ਼ਰੂਰਤ ਮਹਿਸੂਸ ਕੀਤੀ ਕਿ ਤੁਸਾਂ ਨੇ ਜਿਹੜੇ follower ਹੈ ਤੁਸਾਂ ਨੇ ਤੱਕਣੇ ਵਾਲੇ ਵੇ ਉਹਨਾਂ ਕੀ ਜਿਹੜੇ ਮੌਜੂਦਾ ਹਾਲਾਤ ਹੈ ਇਸ ਨੇ ਵਿੱਚ ਕਿਆ ਜ਼ਰੂਰੀ ਚਾਹੀ ਨਾ ਵਾਲਦੇਨ ਕੀ ਖਾਸ ਕਰੀ ਕਿ ਉਹਨਾਂ ਨੇ ਬੱਚਿਆਂ ਨਾਲ ਤਾਲੀਮ ਨਾਲ ਜਿਹੜਾ ਇਸ ਅਹ ਕੋਰੋਨਾ ਨੇ lockdown ਦੀ ਵਜ੍ਹਾ ਸੁਹਾਰ ਜੋਇਆ ਉਸਨੇ ਜੋ ਕਿਸ ਤਰ੍ਹਾਂ ਉਸਨੇ ਪਰ ਬਿਹਤਰੀ ਆਣੀ ਸਕਣੇ ਕਿਸ ਤਰ੍ਹਾਂ ਉਹ ਦਾਰਿਆਂ ਜਿੱਥਾ ਜਿੱਥਾ ਉਹਨਾਂ ਨੇ ਬੱਚੇ ਪੜਨੇ ਉਥੇ ਉਹਨਾਂ ਦਾਰਿਆਂ ਨਾਲ ਉਤਾਵਨ ਕੀਤੀ ਤਾਂ ਆਪਣੇ ਬੱਚਿਆਂ ਨੇ ਜਿਹੜੇ 6 ਜਾਂ 7 ਮਹੀਨੇ ਉਹਨਾਂ ਨੇ تعلیم ਨੇ ਜ਼ਾਇਆ ਹੋਏ ਉਸਨੇ ਵੀ ਚੋ ਕਿਸ ਤਰ੍ਹਾਂ ਉਹ ਕਵਰ ਕਰੀ ਸਕਣੇ ਬੱਚਿਆਂ ਨੇ ਕਿਉਂਕਿ ਬੱਚਾ ਨਾ ਜਿਹੜਾ ਸਿੱਖਣੇ ਨਾਮਵਲ ਹੋਣਾ ਉਸਨੇ ਵਿੱਚ ਅਗਰ ਇੱਕ ਦਿਨ ਇੱਕ ਮਿੰਟ ਵੀ ਤੁਸਾਂ ਨੇ ਸਿੱਖਣੇ ਨੇ ਅਮਲ ਜਿਹੜਾ ਜ਼ਾਇਆ ਹੋ ਗਿਆ ਦੁਬਾਰਾ ਉਹ ਮਿੰਟ ਕਦੇ ਵੀ ਨਹੀਂ ਚੱਲਾ ਕਿ ਤੁਸਾਂ ਉਹ ਦੁਬਾਰਾ ਉਸ ਮਿੰਟ ਨਾਲ ਜਿਹੜਾ ਉਹ ਤੁਸਾਂ ਨਹੀਂ ਸਿੱਖੀ ਸਕਿਓ ਉਹ ਸਿੱਖੋ तो बच्चे क्योंकि छोटे होने उन्हें नहीं पता होना कि सट ज हो दस मिन्ट जया पूरा दिन जया हो गया तो असं कि इसना कितना नुकसान अगली अशन जिंदगी कितना नुकसान हो अस वाल कि बहुत सारा इसने पर सोचना पैना तो यह तचा है प्रोग्राम शुरू किता इस चीज़ की मैं तराह स और ने पूरी टीम की मुबारकबाद दराज तहसीन ने मुस्ताह शुक्रिया जिंदगी ने पेज भेजना वैसे भी मकसद यह कि मकामी टेलेंट नेौसला अफजाई मकामी लोगों ने हौसला अफजाई और किसा भी हवाले किस ने उन्होंने ख़िदमात या उन्होंने कि सराहाना उन्होंने अफजाई करना यह सी जिंदगी ने पेज ना मकसद हा तो बहुत शुक्रिया तरह असा सिलसिला शुरू किता हुआ तो इस मशगू ममनू ने जनाब अगर सवाल ये कि जो लॉकडाउन गुजरिया ठीक है उसने ने क्या किरदार रहा बच्चों बच्चे ने वाल देना वास्तें तो किस तरह रहा किस तरह एक्टिव रहे हो या बाकी जिस बाकी मामले चलने रहे कि ठीक है जी फीसा कुछ कितिया कुछ न कि परसेंटेज माफ़ की, कुछ, माफ की थी, कुछ छोड़ दी कुछ अपने फीस तक गर्ज रखी इस बारे में थोड़ा दसो साले की दसो कि इस तुम ने क्या किरदार रहा इस बारे में सब तो राणा साहब मैं थोड़ा जा दसा कि अलहमदुल्लादारा बनाया इसने स मकसद बिजनेस नहीं अलहमदुल्ला अच्छा बिजनेस दिता हुआ रोटी बड़ी अच्छी चलनी पी ए बजुर्गों ने ख्वाहिश सी इलाके ऐसा कोई अच्छा स्कूल बना कि जोड़ा उस लेवल ना स्कूल हो जिस पिंडी या इस्लामाबाद ने बच्चे जिस लेवल नी तलीम हासिल करनी बचे कि ਫੈਸਿਲਿਟੀਆਂ ਮਿਲਣ ਉਹਨਾਂ ਬੱਚਿਆਂ ਕੀ ਨਾ ਸਿਰਫ ਰੱਟਾ ਮਾਰਤ تعلیم ਦਿਲਾਈ ਜਾਏ ਬਲਕਿ ਉਹਨਾਂ ਦੀ تعلیم ਨਾਲ ਤਰਬੀਅਤ ਵੀ ਅੱਛੀ ਸੋਚੀ ਹੋਇਆ ਤੇ ਦੂਸਰੀ ਤੁਸੀਂ ਜਿਹੜੀ ਗੱਲ ਕੀਤੀ ਲਾਕਡਾਊਨ ਵਿੱਚ ਲਾਕਡਾਊਨ ਵਿੱਚ ਬਾਕੀ ਵੀ ਅਦਾਰਿਆਂ ਨੂੰ ਸਟਾਰਟ ਅਸੀਂ ਇਸ ਤਰ੍ਹਾਂ ਹੀ ਕੀਤਾ ਕਿ ਜਿਸ ਦਾ ਕਨਫਰਮ ਹੋਇਆ ਕਿ ਲਾਕਡਾਊਨ ਥੋੜਾ ਲੌਂਗ ਜਾਸੀ ਤੇ ਸਟਾਰਟ ਅਸਾਂ ਨੇ ਵੀ ਇਹ ਹੀ ਸਵਾਲ ਦੇਣਾ ਨਾਲ ਸਾਰਾ ਹਫਤੇ ਕੀਤੇ ਉਹਨਾਂ ਨਾਲ ਸਾਹਾ ਆਨਲਾਈਨ ਕਲਾਸਿਸ ਕਰਸਾ WhatsApp ਤੁਸੀਂ ਸਾਰਾ ਗਰੁੱਪ ਬਣਾਓ WhatsApp ਆਨਲਾਈਨ ਕਲਾਸਿਸ ਕਰਸਾ ਫਿਰ ਉਸਨੇ ਵਿੱਚ ਐਸੇ ਮਸਾਇਲ ਪੈਦਾ ਹੋਏ ਕੁਝ ਇਲਾਕਿਆਂ ਸਰਵਸ ਕੋ ਨਹੀਂ ਸੀ ਕੁਝ ਬਲਦਹਨ ਐਸੇ ਵੇ ਕਿ ਜਿਹੜੇ ਉਹ ਅਫੋਰਡ ਨਹੀਂ ਕਰੀ ਸਕਣੇ ਸੇ ਉਹਨਾਂ ਨੂੰ ਫੋਨ ਕੋ ਨਹੀਂ ਫਿਰ ਫੋਨ ਪੈਕੇਜ ਮੰਥਲੀ ਫ੍ਰੀ ਕਿ ਕਰਨੇ ਅਗਰ 4 4 5 5 ਬੱਚੇ ਵੇ ਤਾਂ ਉਹ ਸਾਂ ਫਿਰ ਕਿਹੜੇ ਟਾਈਮ ਉਹ ਪੂਰਾ ਦਿਨ ਫੋਨ ਉਹਨਾਂ ਦਾ ਬੀਜ਼ੀ ਸਾਰਾ ਕੁਝ ਉਹ ਫਿਰ ਉਸ ਤੋਂ ਜਿਸ ਲੈਸਾਂ ਫਿਰ ਮੀਟਿੰਗ ਹੋਈ ਸਟਾਫ ਮੀਟਿੰਗ ਕੀਤੀ ਫਿਰ ਸਨ ਹੈੱਡ ਆਫਿਸ ਤੋਂ ਮੀਟਿੰਗ ਹੋਈ ਫਿਰ ਅਸਾਂ ਇਸ ਨਾਲ ਸੋਲੂਸ਼ਨ ਇਹ ਕੱਢਿਆ ਕਿ ਅਸਾਂ ਸਾਲਵਿੰਗ ਟਾਸਕ ਬਨਾਇਆ ਹਰ ਕਲਾਸ ਦਾ ਸਾਲਵਿੰਗ ਟਾਸਕ ਬਨਾਇਆ ਜਿੰਨਾ ਹੈ ਲੋਕਡਾਊਨ ਗ੍ਰੈਸ ਨੇ ਸਾਲਵਿੰਗ ਟਾਸਕ ਬਨਾਇਆ ਸਾਲਵਿੰਗ ਟਾਸਕ ਇਸ ਤਰ੍ਹਾਂ ਆਸਾਂ ਕੀਤਾ ਕਿ ਕੁਝ ਅਦਾਰਿਆਂ ਕੀਤਾ ਇਸੀ ਕਾਪੀ ਵੀ ਕੀਤਾ ਉਹਨਾਂ ਇਸ ਤਰ੍ਹਾਂ ਕੀਤਾ ਕਿ ਉਹ ਸਾਲਵਿੰਗ ਟਾਸਕ ਬਨਾਇਆ ਬਹਰ ਬੁੱਕ ਪਰ ਨਿਸ਼ਾਨ ਲਾਈ ਦਿੱਤੇ ਔਰ ਰਫ ਰਜਿਸਟਰ ਉਪਰ ਕਰੀ ਛੜੋ ਜਾਂ ਸ਼ੀਟਸ ਉਪਰ ਕਰੀ ਛੜੋ ਅਸਾਂ ਨਾ ਵੇਇਸਾ ਕਿ ਉਹ ਸਾਲਵਿੰਗ ਟਾਸਕ ਦਿੱਤਾ ਜਿਸ ਸਬਜੈਕਟ ਨਹੀਂ ਉਹ ਨੋਟਬੁੱਕ ਹੀ ਨਾ ਉਸ ਨੋਟਬੁੱਕ ਉਪਰ ਉਹ ਬੱਚੇ ਲਿਖਣਾ ਠੀਕ ਹੈ ਪਰ 10 ਦਿਨ ਬਾਅਦ ਅਰ ਤਰੇ ਸਬਜੈਕਟ ਨੇ ਅਸਾਂ ਨੋਟਬੁੱਕ ਸਕੂਲ ਜਮਾ ਕਰਨੇ ਸਾਂ ਟੀਚਰਸ ਦੋ ਦੋ ਤਰੇ ਤਰੇ ਜਿਸ ਸਬਜੈਕਟ ਨੇ ਨੋਟਬੁੱਕ ਜਿਸ ਦੀ ਬਾਰੀ ਹੋਣੀ ਸੀ ਟਾਰਮ ਨੇ ਹਿਸਾਬ ਨਾਲ ਉਹ ਨੋਟਬੁੱਕ ਕਰ ਖੜਨੀ ਸੀ ਟੀਚਰ ਚੈੱਕ ਕਰੀ ਵਾਪਸ ਆਨੇ ਸਾਂ ਉਸ ਬੱਚੇ ਵੀ ਵਾਪਸ ਚਾਹੀ ਦੇਣੇ ਸਾਂ ਯਾਨੀ ਕਿ ਇਸਨੇ ਦਰਮਿਆਨ ਜਿਹੜਾ ਸਾਡਾ ਲਿਖਣੇ ਵਾਲਾ ਅਮਲ ਸਨ ਉਹ ਸਾਂ ਮੁਕੰਮਲ ਕੀਤਾ ਹਮ ਜਿਹੜੇ 4 ਜਾਂ 6 ਯੂਨਿਟਸ ਦੇ ਜਿਹੜਾ ਜਿਸ ਕੀ ਅਸਾਂ ਹਣੇ ਅਸਾਂ ਅਸਾਂ ਜਿਹੜਾ ਸਿਸਟਮ ਹੈ ਇਸਨੇ ਅੰਦਰ ਪਰ ਵੀਕ ਫਿਰ ਪਰ ਮੰਥ ਪੇਪਰ ਹੋਣੇ ਉਸ ਤੋਂ ਬਾਅਦ ਫਿਰ 3 ਮਹੀਨਾਂ ਬਾਅਦ ਯਾਨੀ 3 ਮਹੀਨਾਂ ਬਾਅਦ ਫਿਰ ਪੇਪਰ ਹੋਣੇ ਜੀ ਸਿਟਰਮ ਆਣੇ ਆ ਜਿਹੜਾ ਫਸਟ ਸਨ ਟਰਮਸ ਹਨ ਜੀ ਉਸਨੇ ਅਸਾਂ ਜਿੰਨਾ ਉਸਨੇ ਅਸਾਂ ਉਸੇ ਸਿਲੇਬਸ ਕਰਾਣਾ ਸੀ ਉਹ ਸਾਰਾ ਸਾਰਾ ਬੱਚਿਆਂ ਲਿਖਿਆ ਵੀ ਆ ਔਰ ਸਾਡੀ ਟੀਚਰਸ ਚੈੱਕ ਵੀ ਕੀਤਾ ਹੁਣ ਜਿਸ ਲੈ ਵਾਪਸ ਲਾਕਡਾਊਨ ਜਿਸ ਟਾਈਮ ਖਤਮ ਹੋਇਆ ਬੱਚੇ ਸਕੂਲ ਆਏ ਉਸ ਸੇ ਅਸਾਂ ਫਸਟ ਕਰੋ ਫਸਟ ਯੂਨਟ ਆ ਉਰਦੂ ਕਿ ਨਿਕਨੋ ਫਸਟ ਯੂਨਟ ਜਾਇਆ ਅਸਾਂ ਹਮਦਨਾ ਹਮਦਨਾ ਟੀਚਰ ਆਈ ਉਸ ਕਲਾਸ ਰੀਡਿੰਗ ਕਰਾਣੀ ਉਸ ਉਰਦੂ ਕੋਲੇ ਬੇਟਾ ਰੀਡਿੰਗ ਸ਼ੁਰੂ ਕਰਾਈ ਰੀਡਿੰਗ ਤੋਂ ਬਾਅਦ ਉਹਨਾਂ ਜਿਹੜਾ ਅਸਾਂ ਲਿਖਣੇ ਆਲਾ ਅਸਾਂ ਟੀਚਰ ਕਲਾਸ ਵਿੱਚ ਲਖਾਣੀ ਸੀ ਜਾਂ ਹੋਮਵਰਕ ਦੇਣੇ ਸੇ ਕਾਰ ਰਸਤਾ ਹੈ ਉਹ ਸਾਰਾ ਬੱਚਿਆਂ ਲਾਕਡਾਊਨ ਵਿੱਚ ਕੀਤਾ ਆਸਾ ਉਹ ਬਸ ਟੀਚਰ ਉਹਨਾਂ ਹੀ ਰੀਡਿੰਗ ਕਰਾਣੀ ਬਰੀਫਿੰਗ ਜਿੰਨੀ ਜ਼ਰੂਰਤ ਹੋ ਬਰੀਫ ਕਰਨਾ ਸਮਝਾਣਾ ਔਰ ਡਿਕਟੇਸ਼ਨ ਇਮਲਾ ਕਰਾਣੀ ਉਸ ਤੋਂ ਬਾਅਦ ਕੁਐਸਚਨ 1 2 3 ਕਲਾਸ ਵਿੱਚ ਯਾਦ ਕਰਨਾ ਉਹ ਹੀ ਅਸਾਂ ਕਾਰ ਰਸਤਾ ਹੋਮਵਰਕ ਚਾਹੀਦੇ ਦੇਣਾ ਦੂਸਰੇ ਦਿਨ ਉਹਨਾਂ ਦਾ ਟੈਸਟ ਚਾਹੀ ਕਿੰਨੇ ਆ ਯਾਨੀ ਕਿ ਅਸਾਂ ਨਾ ਬੱਚਿਆ ਨਾ ਟਾਈਮ ਤਾਂ Aldo ਇਸੇ ਕੋਈ ਸ਼ੱਕ ਨਹੀਂ ਟਾਈਮ ਜ਼ਾਇਆ ਹੋਇਆ ਬਰ ਅਲਸਾਨੀ ਇਸ ਐਫਰਟ ਦੀ وجہ ਸੂ ਇਤਨਾ ਜ਼ਰੂਰ ਹੋਇਆ ਕਿ ਚੀਜ਼ ਸਾਡੇ ਨਾਲ ਜਿਹੜੇ ਰਿਲੇਟਡ ਵਾਲ ਦੇ ਨੇ ਉਹ ਵੀ ਸਰਾਣੇ ਕਿ ਅਸਾਂ ਨੇ ਬੱਚਿਆਂ ਨਾਲ ਉਤਨਾ ਟਾਈਮ ਨਹੀਂ ਜ਼ਾਇਆ ਹੋਇਆ ਕਿ ਜਿੰਨਾ ਬਾਕੀ मुख्तलिफ स्कूल ने अपना अपना वेसा हर स्कूल अपने तरीके नाल कोशिश जरूर की थी कि असा इन्ह अपने स्टूडेंट ना हारजना हो क्योंकि जितना अगर वालदेन की फिक्र स तो उतना असा रोहानी वालदेन हाँ कोई भी उस्ताद जड़ा उसकी फिक्र जरूर सी कि माड़े बच्चे ना टाइम जया होना पैं इस ना रोहानी वालदेन वालद हाँ मैं रोहानी उसने वालदेन ना माड़ा जिमा और अल्लाह ताल असा कि चुने असा नबिया नहीं महराज की नहीं अगर टुरने पे ਤੇ ਅਸਾਂ ਕਦੇ ਵੀ ਇਹ ਨਾ ਹੋਣ ਲਾ ਕਿ ਨੀਅਤ ਕਿਸੇ ਉਸਤਾਦ ਦੀ ਨੀਅਤ ਉੱਪਰ ਸ਼ੱਕ ਉਹ ਹੀ ਨਹੀਂ ਸਕਣਾ ਪਰ ਹਰ ਕੁਰਸ ਆਪਣੀ ਆਪਣੀ ਕੋਸ਼ਿਸ਼ ਕੀਤੀ ਤੇ ਮੈਂ ਸਮਝਣਾ ਜਿਹੜੀ ਅਸਾਂ ਕੋਸ਼ਿਸ਼ ਕੀਤੀ ਬਾਕੀ ਅਦਾਰਿਆਂ ਵਿੱਚ ਚੀਜ਼ ਹੈ ਇਸਰਾਇਆ ਔਰ ਔਰ ਕਿਤਨੇ ਅਦਾਰਿਆਂ ਇਸ ਚੀਜ਼ ਕੀ ਆਖਿਆ ਕਿ ਤੁਸੀਂ ਨਾ ਇਹ ਬਹੁਤ ਅੱਛਾ ਅਮਲ ਹੋਇਆ ਤੁਸੀਂ ਨੇ ਬੱਚਿਆਂ ਨਾ ਇਤਨਾ ਹਰਜ ਨਹੀਂ ਹੋਇਆ ਜਿਹੜੇ ਸਾਡੇ ਸਿਸਟਮ ਵਾਲੇ ਇਦਾਰੇ ਨਹੀਂ ਉਹਨਾਂ ਵੀ ਸਾਡੇ ਕੋਲੋਂ ਸਾਲਵਿੰਗ ਟਾਸਕ ਕੀਤੇ ਔਰ ਉਹਨਾਂ ਵੀ ਇਸੇ ਤਰ੍ਹਾਂ ਸੇਮ ਕੰਮ ਦਿੱਤਾ ਬੱਚਿਆਂ ਨੂੰ ਇਸੇ ਤਰ੍ਹਾਂ ਕਰਾਇਆ बहुत बता दी कि तुम्हें जो चार पाँच महीने लॉकडाउन आए इस बच्चिया ने पढ़ाई ना आज नहीं होन दिता कोशिश की थी। बाकी वाकई जरूर मैं आसा कि टाइम तो जया हो या। काफी सारे बच्चों ने टाइम ज़्यादा हुआ कि जड़ा वो सिलेबस पढ़ा और उन्होंने शूर च इलम्च इजाफा होयानी उस लेवल चया लेकिन फिर भी आ कि ऐफिट जरूर सलाह कि कोशिश जारी रखी कि उन्होंने कुछ ना कुछ सिखाया जाए पढ़ाया जाए ਮਕੀਏ ਦੱਸੋ ਕਿ ਕਿਉਂਕਿ ਗੱਲ ਸਕੂਲਾਂ ਚੱਲੀ ਪਈ ਤੁਸਾਂ ਨੇ ਸਕੂਲਦਾਰ ਬਾਕੀ ਵੀ ਗਿਆ ਚੱਲਨੇ ਆ ਕਿ ਇਸ ਤੋਂ ਇਲਾਵਾ ਜਿਹੜਾ ਤੁਸਾਂ ਦਾ ਤਾਲੀਮ ਤੋਂ ਹੀ ਕੀ ਤਰਬੀਅਤ ਵਾਸਤੇ ਤੁਸਾਂ ਕੋਲ ਕਾ سلسلہ ਆ ਕਿ ਤੁਸਾਂ ਕੋਲ ਤਿਕਕਾਰ ਆ ਕਿ ਵਾਕਿਆ ਹੀ ਕੁਝ ਉਸ ਰੈਂਜ ਵੀ ਕਰਨੇ ਹੋ ਜਾਂ ਨਹੀਂ ਅਬ ਜਿਦਾ ਰਟਾ ਮਾਰਿਆ ਤਾਂ ਪੇਪਰ ਹੋਏ ਤੇ ਅਗਾਂ ਟੁਰੀ ਪਿਆ ਨੈਕਸਟ ਕਲਾਸਾਂ ਚ ਅਗਲੀਆਂ ਕਲਾਸਾਂ ਚ ਭੇਜੀ ਛੋੜਿਆ ਇਸ ਤਰ੍ਹਾਂ ਜਾਂ ਕੋਈ ਡਿਫਰੈਂਟ ਕੁਝ ਤੁਸਾਂ ਕੋਲ ਆ ਤਕੋ ਜੀ ਰਾਣਾ ਸਾਹਿਬ ਮੈਂ ਸਮਝਣਾ ਹੈ ਕਿ ਤਾਲੀਮ ਸਿਰਫ ਜਿਹੜੇ ਤੁਸੀਂ ਨੇ ਬੱਚੇ ਕੋਲ ਜਾਂ ਤੁਸੀਂ ਕੋਲ ਡਿਗਰੀ ਆ ਜਾਣੀ ਉਸ ਕੀ ਤੁਸਾਨੂੰ ਆਖੀ ਸਕਦੇ ਤਾਲੀਮ ਹੋਈ ਹੈ ਜਿਸ ਨਾਲ ਤੁਸੀਂ ਨੀ ਸ਼ਖਸੀਅਤ ਉਪਰ ਅਸਰ ਹੋਇਆ ਹੈ ਔਰ ਤੁਸੀਂ ਨੀ ਸ਼ਖਸੀਅਤ ਵਿੱਚ ਜ਼ਾਹਿਰ ਹੋਣੀ ਹੈ ਕਿ ਬੰਦਾ ਪੜਿਆ ਲਿਖਿਆ ਐਜੂਕੇਟਿਡ ਆ ਜਾਂ ਇਹ ਅਗਰ ਸਟੂਡੈਂਟ ਲਾਈਫ ਹੀ ਚਾਹਤ ਇਹ ਬੱਚਾ ਕਿਸੇ ਅچھے ادارے ਚ ਤੇ ਇਸ ਹਸ ਤੇ ਅਸਾਂ تعلیم ਨਾਲ ਜਿਤ ਪੂਰਾ ਪੂਰਾ ਫੋਕਸ ਅਸਾਂ ਤਰਬੀਅਤ ਪਰ ਵੀ ਬੱਚੇ ਦੀ ਤਰਬੀਅਤ ਪਰ ਸਾਲਾ ਮੈਂ ਸਮਝਿਆ ਜਿੰਨਾ ਅਸਾਂ ਨਾ ਫੋਕਸ تعلیم ਪਰਾ ਉਤਨਾ ਹੀ ਬੱਚੇ ਦੀ ਤਰਬੀਅਤ ਪਰਾ ਇਸ ਨੇ ਹਸ ਤੇ ਬੜੀ ਜ਼ਰੂਰੀ ਚੀਜ਼ ਹੀ ਕਿ ਬੱਚਿਆਂ ਦੀ ਨਸਾਬੀ ਸਰਗਰਮੀਆਂ ਨਾਲ ਨਾਲ ਹਮ ਨਸਾਬੀ ਸਰਗਰਮੀਆਂ ਬੱਚੇ ਕਰਾਈਆਂ ਜਾਂ ਜਿਸ ਨੇ ਵਿੱਚ ਅਸਾਂ ਕੋਸ਼ਿਸ਼ ਕਰਨੇ ਆ ਕਿ ਜਿਹੜੀ ਪ੍ਰੀ ਕਲਾਸਿਸ ਜਾਂ ਛੋਟੀਆਂ ਕਲਾਸਿਸ ਉਹਨਾਂ ਨਾਲ ਅਸਾਂ ਹਰ ਜਿਹੜਾ ਜੁਮਾ ਹੋਣਾ ਨਾ ਹਰ ਜੁਮੇ ਅਸਾਂ ਉਹਨਾਂ ਨਾਲ ਔਰਲ ਸਿਰਫ ਕੰਮ ਕਰਾਣਿਆ ਜ਼ੁਬਾਨੀ ਉਹ ਬੈਗ ਨਹੀਂ ਆਣੇ ਮਸਲ ਕੋਈ ਨਾ ਕੋਈ ਕਲਰ ਡੇ ਕਰੀ ਕਿੰਨੇ ਆ ਅੱਛਾ ਉਸ ਕੀ ਅਸਾਂ ਮਖਤਲਿਫ ਨਾ ਚਾਹੀ ਦੇਣੇ ਆ ਕਿਸੇ ਦਾ ਕਲਰ ਡੇ ਉਸ ਕੀ ਕੋ ਰੈਡ ਕਲਰ ਡੇ ਬਲੂ ਕਲਰ ਡੇ ਇਸ ਤਰ੍ਹਾਂ ਕਰੀ ਕਿੰਸਾ ਅਗਰ ਕੋਈ ਸੀਜ਼ਨ ਅਛਾ ਪਿਆ ਫਲ ਆ ਇਸ ਤਰ੍ਹਾਂ ਕੋਈ ਨਵਾਂ ਫਲ ਆਇਆ ਤਾਂ ਉਸੀ ਮੰਗੇਓ ਡੇ ਐਪਲ ਡੇ ਬਨਾਨਾ ਡੇ ਇਸ ਤਰ੍ਹਾਂ ਕਰੀ ਕਿ ਬੱਚਿਓ ਆਣ ਚਲੋ ਬੱਚੇ ਮਾ ਕਰ ਕੁਝ ਬੱਚੇ ਫਰੂਟ ਨਹੀਂ ਖਾਣੇ ਉਹਨਾਂ ਨੂੰ ਫਰੂਟ ਨਹੀਂ ਅਮੀਰ ਦੱਸੀ ਜਾਏ ਉਹ ਖਾਣੇ ਉਸ ਤੋਂ ਬਾਅਦ ਉਸ ਦਿਨ ਪੂਰਾ ਦਿਨ ਉਹ ਜਿਹੜੇ ਛੋਟੇ ਬੱਚੇ ਹੋਣੇ ਜਸਟ ਉਹ ਕਲਰਿੰਗ ਵੈਰਾ ਔਰ ਜ਼ੁਬਾਨੀ ਚੀਜ਼ਾਂ ਇਹ ਕਰਸਣ ਖੇਡਸਣ ਸਾਡੇ ਸਾਹਮਣੇ ਤੇ ਅਸਾਂ ਹੀ ਪਤਾ ਲੱਗ ਸੀ ਕਿ ਕਿੰਨਾ ਕੁਝ ਮਸਲਨ تعلیم ਤੋਂ ਇਲਾਵਾ ਇੱਕ ਤਰਬੀਅਤ ਕਿੰਨਾ ਕੁਝ ਸਿੱਖਣਾ ਜਿਹੜਾ ਅਸਾਂ ਇਹ ਨਹੀਂ ਸਿਖਾਇਆ ਉਹਨਾਂ ਉੱਪਰ ਇਸ ਚੀਜ਼ ਦਾ ਕਿੰਨਾ ਅਸਰ ਹੋਣਾ ਪਿਆ ਔਰ ਇਹ ਕਿੰਨਾ ਅਮਲਨ ਕਰਨੇ ਪਏ ਅਸਲ ਚੀਜ਼ ਅਮਲਨ ਨਹੀਂ ਸਿਰਫ ਸਿੱਖਣਾ ਜਾਂ ਸਿਖਾਣਾ ਨਹੀਂ ਕਿ ਅਸਾਂ ਅਮਲਨ ਕਿੰਨਾ ਸਾਡੇ ਉਹ ਸਟੂਡੈਂਟ ਸਾਡੇ ਬੱਚੇ ਉਹ ਕਿੰਨਾ ਅਮਲਨ ਕਰਨੇ ਪਏ ਅਸਾਂ ਉਹ ਚੀਜ਼ ਤੱਕਣੇ ਆ ਜਿਹੜੀਆਂ ਬੜੀਆਂ ਕਲਾਸਿਸ ਦੀਆਂ ਉਹਨਾਂ ਨਾਲ ਸਾੜੇ ਬਿਹਾਰਾਨਾ ਸਾਹਿਬ ਕੇ ਡੇਲੀ ਅਸੈਂਬਲੀ ਤੋਂ ਸਾੜਾ ਸਮਝੀ ਕਿ ਨੌ ਤਰਬੀਅਤ ਸ਼ੁਰੂ ਹੋ ਜਾਣੀ ਡੇਲੀ ਮੈਸੇਜ ਆਫ ਦਿਡੇ ਹੋਣਾ ਮੈਸੇਜ ਆ ਡੇ ਅਸੀਂ ਇਸ ਤਰ੍ਹਾਂ ਡਿਵਾਈਡ ਕੀਤਾ ਕਿ ਤਰੇਹ ਦੇ ਹੜੇ ਇਸਲਾਮੀ ਹੋਣਾ ਤਰੇਹ ਦੇ ਹੜੇ ਜਿਹੜਾ ਸਾੜਾ ਮਾਸ਼ਰਤੀ ਆ ਇੱਕ ਦਿਹਾੜਾ ਸਿਆਸੀ ਅਸਾਂ ਤਰੇਹ ਦੇ ਹੜੇ ਇਸਲਾਮੀ ਦੋ ਦਿਹਾੜੇ ਮਾਸ਼ਰਤੀ ਇੱਕ ਦਿਹਾੜਾ ਸਿਆਸੀ ਔਰ ਉਸਨੇ ਹਰ ਟਰਮ ਦੇ हिसाब ਨਾਲ ਹਰ ਟੀਚਰ ਨਾਲ ਲੈਕਚਰ ਹੋਣਾ ਅਸੈਂਬਲੀ ਵਿੱਚ ਟੀਚਰ ਲੈਕਚਰ ਦੇਣੀ ਰਿਟਰਨ ਲੈਕਚਰ ਸਾਈ ਟੀਚਰ ਜਮਾ ਕਰਾਸੀ ਔਰ ਟੀਚਰ ਲੈਕਚਰ ਦੇ ਸੀ ਉਸਨੇ ਪਰ ਜਿਹੜਾ ਅਸਾਂ ਉੱਥੇ ਪੂਰੇ ਵੀਕ ਨਾਲ ਲੈਕਚਰ ਨੋਟਿਸ ਬੋਰਡ ਉੱਪਰ ਲਗਾ ਉਸੀ ਉਤੋਂ ਤੱਕ ਹੀ ਟੀਚਰ ਜਿਸਨੇ ਟਰਮ ਇਹ ਲੈਕਚਰ ਨਾ ਉਥਾ ਆਣੀ ਬੱਚਿਆਂ ਨੇ ਮਾਈਂਡ ਨੇ ਲੈਵਲ ਨੇ ਮੁਤਾਬਕ ਉਸ ਕੀ ਲੈਕਚਰ ਦੇ ਸੀ ਜਿਸ ਦਿਨ ਇਸਲਾਮੀ ਉਸ ਦਿਨ ਇਸਲਾਮੀ ਲੈਕਚਰ ਉਸੀ ਜਿਸ ਦਿਨ ਬਾਕੀ ਉਸ ਦਿਨ ਉਸਨੇ ਲੈਕਚਰ ਉਸੀ ਬੱਚਿਆਂ ਕੀ ਫੁੱਲ ਅਸਾਨੀ ਕੋਸ਼ਿਸ਼ ਹੋਣੀ ਕਿ ਬੱਚਿਆਂ ਕੀ बिल्कुल एक अच्छा जिसी आने ना एक सकने स अच्छा सब तु पहले आज तको अल्लाह इंसान की शिरफुल मखलुकात बनाया अपना नायब बनाई तो इस दुनिया पे भेजा और सब तू जड़ी जरूरी चीज़ है जो इसलिए साशरे जरूरत है जड़ी अफरा तफरी सड़े च सब्र कौनी समल कौनी अक दुए ना बिल्कुल अदब बर्दाशत ही माशरे उस चीज़ पर असा बड़ा फोकस हा कि बच्चा की पुर अमन ਔਰ ਬਰਦਾਸ਼ਤ ਸਿਖਾਈ ਜਾਏ ਔਰ ਬੱਚਿਆਂ ਕੀ ਇਹ ਦੱਸਿਆ ਜਾਏ ਕਿ ਬੰਦੇ ਨੇ ਬੰਦੇ ਉੱਪਰ ਕਿਤਨੇ ਹਕੂਕ ਹੈ ਅਗਰ ਅਸਾਂ ਇਹ ਪੂਰੇ ਨਾ ਕਰੀ ਸਕੇ ਤਾਂ ਅਸਾਂ ਨਾ ਸਿਰਫ ਅੱਛੇ ਇਨਸਾਨ ਹਾਂ ਤਾਂ ਅੱਛੇ ਮੁਸਲਮਾਨ ਵੀ ਅਸਾਂ ਕਦੇ ਬਣ ਹੀ ਨਾ ਸਕਣੇ ਅੱਛਾ ਮੁਸਲਮਾਨ ਹੋਈ ਆ ਜੇ ਜੇ ਉਹ ਅੱਛਾ ਇਨਸਾਨ ਹੋ ਸੀ ਤਾਂ ਹੀ ਬਿਲਕੁਲ ਜੀ ਫਿਜ਼ੀਕਲ ਨੇ ਫਿਜ਼ੀਕਲ ਹੈਲਥ ਨੇ ਬਾਰੇ ਤੇ ਸੋ ਕਿ ਠੀਕ ਹੈ ਕਾ ਰੱਖਿਆ ਵਾ ਕਿ ਬੱਚਿਆਂ ਦੀ ਫਿਜ਼ੀਕਲ ਹੈਲਥ ਜਿਹੜੀ ਹੈ ਉਹ ਕਿਸ ਤਰ੍ਹਾਂ ਬਿਹਤਰ ਹੋ ਸਕਣੀ ਆ की सकनी और इस भी अगर वालदेना कोई जिम्मेदारी है तो क्या है और इस तू अलावा नाल मैं दसना चाहो कि वालदे जिम्मेदारी तो होगी फिजिकल हेल्थ ने बारे उन्होंने पर क्या लागू होना के बच्चें कि बच्चे किस किसा बिहेव करान बच्चे किसान डील कर थोड़ा ज्लीज ब्रीफली दसो क्योंकि क्योंकि अस व वालदैन वात सिलसिला शुरू किता प्रोग्राम शुरू कित तो वालदेना थोड़ा गाइडलाइन देशो त फिजीकल हेल्थ और जी बच्चे शख्सियत साजी है ਉਸ ਸਨੇ ਹਸਤੇ ਕਾਕੀ ਤਾਂ ਜੀ ਸਖਣਾ ਦੇਖੋ ਜੀ ਨਾਨਾ ਸਾਹਿਬ ਅਗਰ ਇੱਕ ਬੰਦਾ ਪੂਰਾ ਦਿਨ ਉਪੜਨਾ ਰਹਿਣਾ ਪੂਰਾ ਦਿਨ ਉਪੜਨਾ ਰਹਿਣਾ ਪੂਰਾ ਉਸਾਰਾ ਮਹੀਨਾ ਗੁਜ਼ਾਰਿਸ਼ਣਾ ਫਿਰ ਅਗਲੇ ਸਾਲ ਗੁਜ਼ਾਰਿਸ਼ਣਾ ਉਹ ਕਦੇ ਵੀ ਅੱਛੀ ਸ਼ਖਸੀਅਤ ਨਾ ਜਾਂ ਕਾਮਯਾਬ ਇਨਸਾਨ ਜ਼ਿੰਦਗੀ ਕਦੇ ਵੀ ਨਹੀਂ ਬਣੀ ਸਕਣਾ ਇਸ ਹਸਤੇ ਜ਼ਰੂਰੀ ਆ ਕਿ ਜਿਸ ਤਰ੍ਹਾਂ ਇਸ ਉਸਨੇ ਹਸਤੇ ਪੜਨਾ ਜ਼ਰੂਰੀ ਆ ਇਸ ਹਸਤੇ ਉਸਨੇ ਹਸਤੇ ਕਰਨਾ ਵੀ ਉਤਨਾ ਹੀ ਜ਼ਰੂਰੀ ਆ ਜਿੰਨਾ ਉਸ ਹਸਤੇ ਪੜਾਈ ਜ਼ਰੂਰੀ ਆ ਤੇ ਅਸਾਂ ਵੀ ਪੂਰੀ ਕੋਸ਼ਿਸ਼ ਕਰਨੇ ਆ ਤੁਸਾਂ ਤਖਿਆ ਕਿ ਵਸੀ ਗਰਾਊਂਡ ਆ ਬਿਲਕੁਲ ਸਕੂਲ ਨਾਲ ਮਲਿਕਾ ਆ ਅਸਾਂ ਉਸੇ ਗੇਟ ਸਲਾਈਡ ਗੇਟ ਆ ਜਿਸ ਲਈ ਬ੍ਰੇਕ ਟਾਈਮ ਹੋਣੀ ਖੋਲੀ ਛੋੜਨੇ ਆ ਉਸਨੇ ਬੱਚੇ ਖੇਡਨੇ ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਸੀਂ ਦੱਸਿਆ ਨਾ ਛੋਟਿਆਂ ਬੱਚਿਆਂ ਨਾਲ ਇਸੇ ਤਰ੍ਹਾਂ ਹਰ ਬੜਿਆਂ ਬੱਚਿਆਂ ਨਾਲ ਹਰ 15 ਦਿਨ ਬਾਅਦ ਹਰ 15 ਦਿਨ ਬਾਅਦ ਬੜਿਆਂ ਬੱਚਿਆਂ ਨਾਲ ਇੱਕ ਦਿਨ ਅਸਾਂ ਐਸਾ ਰੱਖਣੇ ਆ ਜਿਸ ਨੇ ਵਿੱਚ ਸਾਡੇ ਸਾਹਮਣੇ ਉਹਨਾਂ ਹੀ ਤਕਰੀਬਨ 3 ਘੰਟੇ ਅਸਾਂ ਬਿਲਕੁਲ ਸਿਰਫ ਉਹਨਾਂ ਹੀ ਆਬਜ਼ਰਵ ਕਰਨਾ ਉਸ ਟਾਈਮ ਅਸਾਂ ਨਹੀਂ ਟੋਕਣਾ ਨਹੀਂ ਕੁਝ ਨਹੀਂ ਆਣਾ ਸਿਰਫ ਅਸਾਂ ਰਿਟਰਨ ਨੋਟ ਕਰਨਾ ਟੀਚਰਜ਼ ਵੀ ਨੋਟ ਕਰਨੇ ਹੋਣੇ ਡਿਊਟੀ ਟੀਚਰ ਨੋਟ ਕਰਨੀ ਹੋਣੀ ਅਸਾਂ ਵੀ ਆਪੋ ਵੀ ਬੈਠੇ ਹੋਣੇ ਆ ਉਹ ਨਹੀਂ ਸਿਰਫ ਅਬਜ਼ਰਵ ਕਰਨਾ ਕਿ ਬੱਚੇ ਅਗਰ ادارے ਦੇ ਅੰਦਰ ਸਕੂਲ ਦੇ ਅੰਦਰ ਜਾਂ ਵਾਲਦੇਨ ਨੇ ਸਾਹਮਣੇ ਕਰਨੇ ਅੰਦਰ ਤਾਂ ਬੱਚੇ ਬੜਾ ਅੱਛਾ ਕੋਸ਼ਿਸ਼ ਕਰਨੇ ਕੇ ਅਸਾਂ ਅੱਛੇ ਬੱਚੇ ਸਾਬਤ ਹੋਈ ਹੈ ਕਾਏ ਜਿਸ ਤਰਾ ਆਪਣੇ ਹਮ ਏਜ ਨਾਲ ਆਪਣੇ ਕਲਾਸ ਫੈਲੋਜ਼ ਨਾਲ ਆਪਣੇ ਸਕੂਲ ਫੈਲੋਜ਼ ਨਾਲ ਜਾਂ ਆਪਣੇ ਦੋਸਤਾਂ ਨਾਲ ਜਿਸ ਲੈ ਉਹ ਖੇਡਨੇ ਆਪਣੀ ਉਮਰ ਨਾਲ ਹੋਣੇ ਉਸ ਟਾਈਮ ਵੀ ਉਹ ਇੱਕ ਦੂਏ ਨਾਲ ਉਸ ਤਰੀਏ ਅਦਬ ਕਰਨੇ ਜਾਂ ਇੱਕ ਦੂਏ ਨਾਲ ਉਸ ਤਰੀਏ ਉਹ ਇੱਕ ਦੂਏ ਦੀ ਕਦਰ ਕਰਨੇ ਜਾਂ ਨਹੀਂ ਕਰਨੇ ਇਹ ਚੀਜ਼ ਅਸਾਂ ਆਬਜ਼ਰਵ ਕਰਨੇ ਔਰ ਬੱਚਿਆਂ ਕੀ ਬਿਲਕੁਲ ਗਰਾਊਂਡ ਆ ਇਸਨੇ ਵਿੱਚ ਅਸਾਂ ਖੇਡਨੇ ਨਾ ਪੂਰਾ ਪੂਰਾ ਕ੍ਰਿਕਟ ਬੈਡਮਿੰਟਨ ਫੁੱਟਬਾਲ ਨੇ ਸਾਰੇ ਸਕੂਲ ਦੀ ਟੀਮ ਫਿਰ ਅਸਾਂ ਹਰ ਸਾਲ ਜਿਹੜਾ ਜਿੰਨੇ ਸਾਡੇ ਕੈਂਪਸਿਸ ਹੈ ਨਾ ਇਸ ਸਾਲ ਅਸਾਂ ਨੇ ਪੂਰੀ ਤਹਿਸੀਲ ਨੇ ਜਿਹੜੇ ਕੈਂਪਸਿਸ ਦੇ ਸੱਤ ਕੈਂਪਸ ਹੈ ਸਾਡੀ ਤਹਿਸੀਲ ਗੁਜਰਖਾਨ ਵਿੱਚ ਉਹਨਾਂ ਸੱਤਾਂ ਕੈਂਪਸ ਨਾ ਇਸ ਦਫਾ ਮੇਜ਼ਬਾਨੀ ਸਾਡੇ ਮਾੜੇ ਜ਼ਮਰੇ ਆਈ ਤੇ ਅਸਾਂ ਇੱਥੇ ਉਹਨਾਂ ਸਾਰਿਆਂ ਸੱਤਾਂ ਕੈਂਪਸ ਕੀ ਤਰ੍ਹਾਂ ਦੇ ਅੜੇਸ਼ ਨੇ ਰੇ ਉਹਨਾਂ ਦੀਆਂ ਟੀਮਾਂ ਸਾਡੇ ਟੀਮਾਂ ਹਰ ਸਾਲ ਅਸਾਂ ਉਹਨਾਂ ਨੇ ਖੇਲਾਂ ਨੇ ਮੁਕਾਬਲੇ ਹੋਣੇ ਜਿਸ ਤਰ੍ਹਾਂ ਬਾਕੀ ਗਵਰਨਮੈਂਟ ਸਕੂਲ ਹੋਣਾ ਨਾ ਸੇਮ ਐਈ ਵੇ ਅਸਾਂ ਰੱਖਿਆ ਕਿ ਆਪਣੇ ਕੈਂਪਸਿਸ ਨੇ ਇੱਥੇ ਮੈਂ ਕੋਸ਼ਿਸ਼ ਕੀਤੀ ਜਿਹੜੇ ਆਪਣੇ ਬੇਵਲ ਨੇ ਮਲਕਾ ਸਕੂਲ ਹੈ ਕਿਉਂਕਿ ਵੇ ਸਾਰਿਆਂ ਨਾਲ ਇੱਕ ਨਹੀਂ ਹੋਈ ਸਕਣਾ ਜਿਸ ਟਾਈਮ ਅਸਾਂ ਵੀਕ ਕੱਢਨੇ ਆ ਜਿਸ ਹੀ ਅਸਾਂ ਸਪੋਰਟ ਵੀਕ ਆਣੇ ਆ ਉਸ ਟਾਈਮ ਦੂਏ ਕੁਸੇ ਸਕੂਲ ਨੇ ਪੇਪਰ ਚੱਲਨੇ ਵੇਣ ਜਾਂ ਦੂਏ ਕੁਸੇ ਸਕੂਲ ਨੇ ਰਿਵੀਜ਼ਨ ਚੱਲਨੀ ਹੋਇਆ ਬਾਕੀ ਕੁਸੇ ਸਕੂਲ ਨਾਲ ਹੋਈ ਸਕਣਾ ਪੀਟੀਐਮ ਵੈਰ ਰਿਜ਼ਲਟ ਹੋਇਆ ਫਿਰ ਇਸ ਵਜ੍ਹਾ ਸੂ ਅਸਾਂ ਸਿਰਫ ਆਪਣੇ ਜਿਹੜੇ ਸਿਸਟਮ ਨੇ ਕੈਂਪਸੀ ਦੇ ਨਾ ਉਹਨਾਂ ਨਾਲ ਅਸਾਂ ਮੁਕਾਬਲਾ ਕਰਨੇ ਆ ਤੇ ਇਸ ਦਫਾ ਇਸ ਸਾਲ ਇਨਸ਼ਾਅੱਲਾ ਅਗਰ ਸਾਥ ਦਿੱਤਾ ਜ਼ਿੰਦਗੀ ਔਰ ਇਹ ਕਰੋਨਾ ਨਹੀਂ ਵਬਾ ਦੁਬਾਰਾ ਨਾ ਫੈਲੀ ਤਾਂ ਪੂਰੀ ਕੋਸ਼ਿਸ਼ ਹੈ ਇਨਸ਼ਾਅੱਲਾ ਕਿ

वास्तव वास्ते क्या जरूरी है बहुत सारे दोस्त चूंकि ना ले तो मैं उन्होंने शुक्रिया अद कर सौ सा। सारे कमेंट भी आए तो उन्होंने भी पढ़ने बल्कि मैं दो चार कमेंट पढ़ी फिर नहीं इस तो फिर अगर जुड़ने सवालदार जवाबदार है तो जनाब एस के शाह साहब सलाम पेश करने जी सिब्बत कदमी साहब सलाम पेश करने जी यासीन पट्टी साहब बहुत कुछ आखने पे तो सलाम पेश करने माशा अफताब इस्म साहब जी जीसा की उस तुब एम उल साहब नाकि शाह साहब सारे सलाम पेश करने पे जी और प्रोग्राम किस तरह पे तो जनाब पट्टी साहब आने पे हाजी इस्लम जी बिल्कुल जी किसर हाजी इस्लाम साहब किस तरह तो बहुत शुक्रिया जी भट्टी साहब बाकी जे दोस्त है भाव ना लियो सारे का बहुत शुक्रिया सिलसिला बधाने में सवाल किता सी सा कि शख्सियत सात वालदेना पर फिजीकल हेल्थ तो और शख्सियत वास्त वालिदेना पर उन्हें जिम्मेदारी है कि उन्हें करना चाहीना कि बच्चे ना सिर्फ एक मुआवजत शहरी बनी साशरे ना अच्छा रुकन बनी सल्कि ना सिर्फ एक बल्कि तालीमि भी ਤਾਲੀਮੀ ਮੈਦਾਨ ਵਿੱਚ ਵੀ ਉਹਨਾਂ ਨੇ ਕਾਰਗਰਕੀ ਨਿਮਾਇਆ ਹੋਇਆ ਹੈ ਇਹ ਜਰਾ ਦੱਸੋ ਕਿ ਉਹ ਕਿਸ ਤਰ੍ਹਾਂ ਬਿਹਤਰ ਹੋਈ ਸਕਣੀ ਹੈ ਵਾਦਿਆਂ ਨੇ ਕੀ ਕਰਨਾ ਚਾਹੀਦਾ ਕੋਈ ਸਭ ਤੋਂ ਪਹਿਲੇ ਜਿੰਨੇ ਮਾੜੇ ادارے ਨਾਲ ਰਿਲੇਟਿਡ ਮਾੜੇ ਸਟੂਡੈਂਟ ਹੈ ਇਹਨਾਂ ਨੇ ਵਾਦਦੇ ਨੇ ਉਸ ਚੀਜ਼ ਦੀ ਤੁਸੀਂ ਕੀ ਗਵਾਹੀ ਵੀ ਦੇਸਨ ਕਿ ਮਾੜੀ ਪੂਰੇ ਫੋਕਸੇ ਹੋਣਾ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਕਿ ਵਾਦਨ ਆਪਣੇ ਬੱਚੇ ਜਿਸ ادارے ਚ ਵੀ ਭੇਜਨੇ ਜਿਸ ادارے ਚ ਵੀ ਭੇਜਨੇ ਸਭ ਤੋਂ ਪਹਿਲੇ ਉਸ ادارے ਨੇ ਉਹ ਖੰਡ ਕੇ ਇਸ ਨੇ ਰੈਪੋ ਕਹੀ ਜਾਂ ਫਿਰ ਉਸ ਤੋਂ ਬਾਅਦ ਗਾਇਬ ਗਾਇਓ ਸੇ ਦਾਰੇ ਨਾਲ ਟੈਚ ਰਹੇ ਅਸਾਂ ਤਾਂ ਇਸ ਨਾਲ ਇਹ ਵੇਖ ਕੜਿਆ ਕਿ ਹਰ ਮਹੀਨੇ ਅਸਾਂ ਪੇਪਰ ਕਿੰਨੇ ਆ ਹਰ ਮਹੀਨੇ ਪੇਰੈਂਟ ਟੀਚਰ ਮੀਟਿੰਗ ਕਰਨੇ ਆ ਕਿ ਕੁਝ ਮਸਾਇਲ ਅਸਾਂ ਕੀ ਬੱਚਿਆਂ ਦੀ ਸ਼ਖਸੀਅਤ ਨਿਖਾਰਨੇ ਹਾਸਤਾ ਅਸਾਂ ਤਖਣਿਆ ਕਿ ਇਹ ਇਹ ਬੱਚੇ ਚ ਕਮੀ ਹੈ ਉਹ ਅਸਾਂ ਪੂਰੀ ਡਾਇਰੀ ਟੀਚਰ ਨੋਟ ਹੋਣੀ ਫਿਰ ਕੁਝ ਵਾਲਦੇਨ ਕੀ ਸਾਡੇ ਜਿਹੜੇ ਵਾਲਦੇਨ ਸਾਡੇ ਰਿਲੇਟਿਡ ਵਾਲਦੇਨ ਨੇ ਸਟੂਡੈਂਟਸ ਨੇ ਉਹਨਾਂ ਕੀ ਪਤਾ ਹੋਣਾ ਕਿ ਅਸਾਂ ਮਹੀਨੇ ਬਾਅਦ ਜਾਣਾ ਕੁਝ ਉਹ ਕਰ ਨੇ ਕਿੰਨੀ ਕੰਪਲੇਨਸ ਹੋਣੀ ਜਿਹੜੇ ਬੱਚਾ ਕਾਰਿਚ ਉਹ ਕੋਈ ਕਮੀ ਹੋਣੀ ਸਕੂਲ ਨੀ ਤਰਫੋਂ ਉਹ ਫਿਰ ਪੂਰੇ ਮਹੀਨੇ ਬਾਅਦ ਅਸਾਂ ਦੀ ਮੀਟਿੰਗ ਹੋਣੀ ਅਸਾਂ ਕੋਸ਼ਿਸ਼ ਕਰਨਿਆ ਕਿ ਉਸ ਬੱਚੇ ਨੀ ਉਹ ਕਮੀ ਦੂਰ ਕੀਤੀ ਜਾਏ ਤਾਂ ਕੋਈ ਵੀ ਜਿਹੜਾ ਬੱਚਾ ਆ ਮੈਂ ਹਮੇਸ਼ਾ ਇਹ ਗੱਲ ਆਖਣਾ ਔਰ ਓਨ ਦੀ ਸਟੇਜ ਆਖਣਾ ਇਹ ਗੱਲ ਕਿ ਕੋਈ ਵੀ ਬੱਚਾ ਉਸਨੇ ਜੇ ਅਗਰ ਉਸਨੇ ਚ ਅੱਛੀ ਕੁਝ ਖਸੂਸੀਅਤ ਆ ਤੇ ਉਸਨਾ ਵੀ ਸੇਰਾ ਦੋ ਸ਼ਖਸੀਅਤ ਕੀ ਜਾਣਾ ਉਸਨੇ ਵਾਲਦੇਨ ਔਰ ਉਸਨੇ ਉਸਤਾਦਾ ਅਗਰ ਉਸਨੇ ਚ ਕੁਝ ਨਫੀ ਚੀਜ਼ਾਂ ਆ ਉਸਨੇ ਚ ਕੋਈ ਕਮੀ ਰਹੇਗੀ ਉਸਨੀ ਸ਼ਖਸੀਅਤ ਚ ਕੋਈ ਕਮੀ ਰਹੇਗੀ ਤੇ ਉਸਨੇ ਵੀ ਜ਼ਿੰਮੇਦਾਰ ਦੋ ਲੋਕ ਹੈ ਮਾਸ਼ਰੇ ਕੀ ਅਸਾਂ ਨੇ ਅਕਸਰ ਲੋਕ ਇਹ ਆਣੇ ਕਿ ਮਾਸ਼ਰਾ ਜ਼ਿੰਮੇਦਾਰ ਨਹੀਂ ਮਾਸ਼ਰਾ ਮਾਸ਼ਰੇ ਕੀ ਅਸਾਂ ਵਾਲਦੇਨ ਔਰ ਉਸਤਾਦ ਮਾਸ਼ਰੇ ਕੀ ਅਸਾਂ ਦੇਣੇ ਆ ਚੀਜ਼ ਜੋ ਕੁਝ ਅਸਾਂ ਤੇ ਕੋ ਨਾ ਕੋਈ ਫੈਕਟਰੀ ਹੈ ਕੋਈ ਚੀਜ਼ ਮੈਨੂਫੈਕਚਰ ਕਰ ਸੀ ਬਣਾਈ ਤਾਂ ਉਹ ਮਾਰਕੀਟ ਹੀ ਦੇਣੀ ਨਾ ਸੇਮ ਇਸੇ ਤਰ੍ਹਾਂ ਕੇ ਵਲਦੈਨ ਤੇ ਉਸਤਾਦ ਅਸਾਂ ਮਾਜਰੇ ਕੀ ਜੋ ਕੁਝ ਦੇਸਾ ਉਹ ਹੀ ਮਾਜਰੇ ਕੀ ਅਗਿਆ ਮਿਲਸੀ ਨਾ ਮਾਜਰੇ ਨਾ ਕੋਈ ਕਸੂਰ ਨਹੀਂ ਮਾਜਰਾ ਅਸਾਂ ਹੀ ਬਣਾਣੇ ਆ ਤੇ ਅਗਰ ਕੋਈ ਕਮੀ ਰਹਿ ਜਾਣੀ ਕੋ ਸਭ ਬੱਚੇ ਤਾਂ ਉਸਨੇ ਜ਼ਿੰਮੇਦਾਰ ਵਲਦੈਨ ਨੇ ਤੇ ਉਸਤਾਦ ਦੇ ਔਰ ਅਗਰ ਵਲਦੈਨ ਔਰ ਉਸਤਾਦ ਇਚ ਔਰ ਸਟੂਡੈਂਟ ਇਚ ਇਨਾ ਤਰ੍ਹਾਂ ਚ ਅਮਾਂਗ ਹੀ ਨਹੀਂ ਇੱਕ ਚੇਨ ਨਹੀਂ ਤੇ ਤੁਸੀਂ ਕਦੇ ਵੀ ਉਸਨੀ ਸ਼ਖਸੀਅਤ ਇਚ اچھے پہلو ਉਭਾਰੀ ਨਾ ਸਕਣੇ ਉਸਨੀ ਸ਼ਖਸੀਅਤ ਵਿੱਚ ਤੁਸਾਂ ਨਿਖਾਰ ਨਾ ਕਰੀ ਸਕਣੇ ਕੱਲ ਤੁਸਾਂ ਕਦੇ ਵੀ ਇਹ ਨਾ ਸੋਚੀ ਸਕਣੇ ਕਿ ਉਹ ਬੱਚਾ ਜਿਹੜਾ ਤੁਸਾਂ ਨਾ ਬੱਚਾ ਆ ਜਾਂ ਜਿਹੜਾ ਸਾੜਾ ਸ਼ਾਗਿਰਦਾ ਉਹ ਕੱਲ ਕੋਸੇ ਸੀਟ ਉੱਪਰ ਪਹੁੰਚੀ ਜਾਸੀ ਕੋਸੇ ਸਟੇਜ ਉੱਪਰ ਪਹੁੰਚੀ ਜਾਸੀ ਬਹਰਾਲ ਜਿਸ ਟਾਈਮ ਉਹ ਸੀਟ ਉੱਪਰ ਬੈਸੀ ਕੋਸੇ ਸਟੇਜ ਉੱਪਰ ਬੈਸੀ ਫਰੰਟ ਫੋਟੋ ਸੀ ਉਸਨੇ ਉਹ ਕਮੀ ਉਹ ਉਸਤਾਦ ساری ਜ਼ਿੰਦਗੀ ਪਛਤਾਸੀ ਕਿ ਮਾੜੇ ਕੁਲੂਆ ਕਮੀ ਰਹੇਗੀ ਉਹ ਬਲਦੈਨ ساری ਜ਼ਿੰਦਗੀ ਪਛਤਾਸਨ ਕਿ ਸਾੜੇ ਕੁਲੂਆ ਕਮੀ ਰਹੇਗੀ ਇਸ ਹਸਤੇ ਮਾੜਾ ਬਲਦੈਨ ਕੀ ਅਪੀਲ ਔਰ ਮੈਂ ਰਿਕਵੈਸਟ ਕਰਸਾ ਹੁਨਾ ਕਿ ਕਿ ਜਿਸ ਵੀ ادارے ਤੁਸਾਂ ਨੇ ਬੱਚੇ ਜਾਣੇ ਪਲੀਜ਼ ਖੁਦਾਰਾ ਤੁਸਾਂ ਗਾਇਬ ਗਾਇ ਆਪਣੇ ਬੱਚਿਆਂ ਨਾਲ ਮਾਲੂਮਾਤ ਕੀ ਨੋ ਸਕੂਲ ਜਾਇਆ ਕਰੋ ਇਹ ਨਹੀਂ ਕੁਛ ਬਲਦੈਨ ਹੈ ਸਮਨੇ ਸਾੜੇ ਸਮੇ ਹੁਣ ਇਸ ਫੀਲਡ ਜਿਸ ਨਾਲ ਆ ਮੈਂ ਨੋਟ ਕੀਤਾ ਕਿਤਨੇ ਬਲਦੈਨ ਹੈ ਜਿਹੜੇ ਥੋੜੇ ਫ੍ਰੈਂਕ ਵੀ ਹੈ ਕੋਈ ਚੀਜ਼ ਆਖਣੇ ਕਿ ਤੁਖੋ ਇਸ ਤੋਂ ਸਾਸੜਿਆਂ ਬੱਚੇ ਪੜਾਣੇ ਹੋ ਜਾਂ ਅਸੀਂ ਪੜਾਣੇ ਹੋ ਕਿ ਅਸੀਂ ਮਹੀਨੇ ਬਾਅਦ ਬੁਲਾਈ ਕਿੰਨੇ ਹੋ ਤੁਖੋ ਪੈਸਾ ਉਹ ਲਈ ਛੋਣੇ ਇਤਨੀ ਫੀਸਿਸ ਚਾਹੀ ਦੇਣੇ ਬਾਕੀ ਫੈਸਿਲਿਟੀਆਂ ਉਹ ਕਰੀ ਛੋਣੇ ਗੱਡੀਆਂ ਬੱਚੇ ਪਿਕਿੰਗ ਡਰਾਪ ਸਭ ਕੁਝ ਦੇਈ ਸਕਣੇ ਆ ਆਪਣੇ ਉਹ ਮਹੀਨੇ 10 ਮਿੰਟ ਨਹੀਂ ਕੱਢੀ ਸਕਣੇ ਤੁਸਾਂ ਇਹ ਚੀਜ਼ ਤੁਖੋ ਕਿ ਤੁਸਾਂ ਨੇ ਉਹ 10 ਮਿੰਟ ਮਹੀਨੇ ਬਾਅਦ ਹਫਤੇ ਬਾਅਦ ਜਿਹੜਾ ਤੁਸਾਂ ਕੱਢਨੇ ਹੋ ਉਹ ਸਾਰੀ ਜ਼ਿੰਦਗੀ ਤੁਸਾਂ ਨੇ ਬੱਚੇ ਚ ਮੁਸਬਤ ਪਹਿਲੂ ਨਿਕਰਸਨ ਕਿਉਂਕਿ ਤੁਖੋ ਨਬੀਏ ਪਾਕ ਨਾ ਹੀ ਹਦੀਸ ਮੁਬਾਰਕਾ ਹੀ ਹੈ ਕਿ ਅਗਰ ਤੁਸੀਂ ਆਹੋ ਕਿ ਇੱਕ ਪਹਾੜ ਆਪਣੀ ਜਗ੍ਹਾ ਸੂ ਦੂਸਰੀ ਜਗ੍ਹਾ ਚਲਾ ਗਿਆ ਤੇ ਇਹ ਗੱਲ ਮੰਨੇ ਲਈ ਅਗਰ ਇਹ ਚੀਜ਼ਾ ਹੋ ਕੇ ਇਹ ਕੁਸਾ ਬੰਦੇ ਚ ਇਕਾਦਤ ਪਖਤਾ ਹੋਏਗੀ ਉਸ ਆਦਤ ਪਖਤਾ ਹੋਣੇ ਸੁ ਬਾਦ ਉਸੇ ਚ ਆਦਤ ਖਤਮ ਹੋਏਗੀ ਤੇ ਇਹ ਗੱਲ ਮੰਨੇ ਲਈ ਨਹੀਂ ਤੇ ਇਸ ਹਸਤੇ ਜਿਸਲਾ ਅਸਾਂ ਗਾਇਬ ਗਾਇਬ ਹਫਤੇ ਬਾਦ ਦਸਾਂ ਦਿਹਾੜਿਆਂ ਬਾਦ ਤੁਸਾਂ ਵਲ ਅਗਰ ਨਹੀਂ ਹੋਈ ਸਕਣਾ ਕਾਲ ਜ਼ਰੂਰ ਕਰੋ ਸਦਾਰੇ ਕਾਲ ਕਰੋ ਕਿ ਐ ਸਾਡੇ ਬੱਚੇ ਚ ਕਮੀ ਆ ਜੀ ਥੋੜੀ ਜੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸਾਂ ਵੀ ਕੋਸ਼ਿਸ਼ ਕਰਨੇ ਆ ਫਿਰ ਜਿਹੜੇ ਸਕੂਲ ਨੇ ਰਿਲੇਟਿਡ ਆ ਕਿਉਂਕਿ ਅੱਜ ਕੱਲ ਜਿਹੜਾ ਜਿਸ ਤਰ੍ਹਾਂ ਟਾਈਮ ਜਾਣਾ ਪਿਆਣਾ ਜੀ ਕਿ ਸਟੂਡੈਂਟ ਜਿਹੜੇ ਵੇ ਉਹ ਉਸਤਾਦ ਕੀ ਇਤਨਾ ਕਾਪੀ ਕਰਨੇ ਇਤਨਾ ਕਾਪੀ ਕਰਨੇ ਕਿ ਉਹ ਘਰ ਵੀ ਜਾਈ ਨਾ ਅਗਰ ਬੋਰਡ ਫਰਜ਼ ਅਸਾਂ ਬੋਰਡ ਪਰ ਕੰਮ ਕਰਾਣਿਆ ਇਸ ਤਰ੍ਹਾਂ ਵੀ ਕੀਤਾ ਨਾ ਤਾਂ ਬੱਚੇ ਕਾਰਜ ਇਹ ਦੱਸਨੇ ਕਿ ਅੱਜ ਸਰ ਕੰਮ ਕਰਾ ਰਹੇ تھے ਤਾਂ ਕੰਮ ਕਰਤੇ ਕਰਤੇ ਉਹਨਾਂ ਨੇ ਐਸੇ ਕੀਤਾ ਤਾਂ ਬਾਅਦ ਜਿਹੜੇ ਬੱਚੇ ਵੇ ਹੋ ਥੋੜੇ ਜ਼ਿਆਦਾ ਕਾਪੀ ਕਰਨਾ ਦਿਵਾਰਾਂ ਪਰ ਵੀ ਲਿਖਣਾ ਦੀ ਕੋਸ਼ਿਸ਼ ਕਰਦੇ ਨੇ ਦਿਵਾਰਾਂ ਪਰ ਵੀ ਲਿਖਣ ਦੀ ਕੋਸ਼ਿਸ਼ ਇਹ ਚੀਜ਼ ਹੀ ਜੀ ਬਿਲਕੁਲ ਹੀ ਇਹਨਾਂ ਨੇ ਪੁਆਇੰਟ ਆਇਆ ਕਿ ਜ਼ਿਆਦਾਤਰ ਜਿਹੜੇ ਬੱਚੇ ਵੇ ਉਹ ਆਪਣੇ ਅਸਾਤਜ਼ਾ ਕੀ ਕਾਪੀ ਕਰਨਾ ਹੈ ਤਾਂ ਅਸਾਤਜ਼ਾ ਨੇ ਜਿਹੜਾ ਕਿਰਦਾਰ ਆ ਜਿਹੜੀ ਸ਼ਖਸੀਅਤ ਹੈ ਉਹ ਬਹੁਤ ਹੀ ਪੋਜ਼ਿਟਿਵ ਮੁਸਬਤ ਔਰ achhi ਹੋਣੀ ਚਾਹੀਦੀ ਨਹੀਂ ਤਾਂ ਕਿ ਬੱਚਿਆਂ ਪਰ ਵੀ ਅੱਛਾ ਅਸਰ ਪੈ ਤੋ ਉਹ ਆਪਣੀ ਸ਼ਖਸੀਅਤ ਕੀ ਬਿਹਤਰ ਨਿਖਾਰ ਨਹੀਂ ਸਕਣ ਤੇ ਵਲਦਾਨਾਂ ਨਾਲ ਗੁਫਤਗੂ ਕਰਨੇ ਸੇ ਭੀ ਜਨਾਬ आफताब ਸਾਹਿਬ ਤੇ ਰਿਕਵੈਸਟ ਕਰਸਾਂ ਕਿ ਪੇਜ ਜ਼ਿੰਦਗੀ ਬੇਵਲ ਨਹੀਂ ਲਾਈਕ ਕਰਸੋ ਕਮੈਂਟ ਕਰਸੋ ਸ਼ੇਅਰ ਕਰਸੋ 950 750 ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਸਾਂ ਕਿ ਬੇਵਲ ਹੋਰ ਇਹਦੇ ਜਿੰਨਾ ਅچھے ਸਲਾਸਲੇ ਉਹ ਕਰੀ ਸਕਾਂ ਅਸਾਂ ਤੁਸਾਂ ਕੀ ਅਲਾਤੋ ਵਾਕਿਆਤਾਂ ਤੋਂ ਆਗਾਹ ਰੱਖੀ ਸਕਾਂ और अच्छे प्रोग्राम के तीन खिदमत के आई स और उसी सहायता हो सकना कि कमेंट नहीं सूरत शेयर नहीं सूरत सारी हौला अफजाई कर सो अद दे सौ मैं मेजबान अदीम रहा इन शाला पूरी कोशिश कर सके अच्छे से अच्छा सैसला कि खिदमत हाजिर हो आगह रखा तो बहुत सारे दोस्त मजूद एक बिलखसूस सियासी और समाजी शख्सियत जनाब तारक परवेज साहब वैलकम माने जी तारक प्रवेज साहब अपनी बजमी त जी बिल्कुल जी ये आफ्ताब साहब भी जिक्र करना है कि वालदेन आसाजा और बचे आपस में एक रता एक चैन हो ताकि वह बेहतर सर्वाइव करी सच्छे शाही बनी सकन सा संधु साहब भी है। हाने पे जी सलाम पेश करने की भी सलाम पेश करने तारक परवेज साहब तारक परवेज साहब बहुत शुक्रिया जी बहुत नवाद जा सलामत हो आबाद रहे हो तो बिलावल वासी साहब नाल बहुत आला अलाम जी मलक तारक साहब सा मलक साहब ठीक हो तो अस केम देने पे कैमरे उधर हो गया तो जनाब अग्स सिलसिला बहुत सारे दोस्त मौजूद है सारे बहुत शुक्रिया बहुत नमाजिश तो प्रॉमें सिलसिला थोड़ा ज अगर बढ़ाने जी और ये मैं पा क्योंकि लाकडाउन गुजरिया काफ़ी सारे मुआरे पर बहुत सारे मामलात ऐसे आए कि जिसने क्योंकि रोज़गार जरिया माश डिस्टर्ब रे गया तो उन्होंने की काफी सारी प्रॉब्लम्स फेस करन पे बिलखसूस नहीं कमी ना ये, या ये मसला या की पेश आया तो ये गल कसा यह दस वसायल कमी क्योंकि बहुत सारी पूरी दुनिया कोरोना हाल रही और लॉकडाउन इस तरह की सुरतार ਪੂਰੀ ਦੁਨੀਆ 'ਚ ਇਹ ਇਸ਼ੂ ਆਇਆ ਵਸਾਇਲ ਨਹੀਂ ਕਮੀ ਨਾ ਜ਼ਰਾ ਮਾਸ਼ ਡਿਸਟਰਬ ਹੋਈ ਕਿ ਜੋ ਲੋਕਾਂ ਕੋਲ ਜਿਹੜੀ ਜਮਾ ਪੂੰਜੀ ਸੀ ਉਹ ਖਰਚ ਹੋਏਗੀ ਤੇ ਉਸਨੇ ਤੁਸਾਂ ਨਾ ਵਲਦੇਣਾ ਵਾਸਤੇ ਕਿਆ ਕਿਰਦਾਰ ਆ ਔਰ ਕਿ ਤੁਸਾਂ ਕਿਆ ਕੋਸ਼ਿਸ਼ਾਂ ਆ ਕੋਈ ਕੋਸ਼ਿਸ਼ ਕੀਤੀ ਨਾ ਆਪਣੀ ਤਰਫੋਂ ਕੁਝ ਕਿਉਂਕਿ ਤੁਸਾਂ ਇਸ ਇਲਾਕੇ ਨੇ ਬੇਵਲ ਨੇ ਸਮ ਬਜ਼ੁਰਗ ਵੀ ਸਮਾਜੀ ਸ਼ਖਸੀਅਤ ਹੈ ਔਰ ਇਹ ਕੋਈ ਟੱਕੀ ਚੁਪੀ ਗੱਲ ਨਹੀਂ ਉਹ ਅਸਾਂ ਆਪੂੰ ਵੀ ਤਖਣੇ ਆ ਕਿ ਜਿੱਥਾ ਤੱਕ ਹੋਈ ਸਕਣਾ ਉਹ ਕਰਨੇ ਰੇ ਕਰਨੇ ਤੇ ਅੱਲਾਹ ਤਾਲਾ ਉਹਨੇ ਸੇਦ ਹੈ ਤੇ ਤੁਸਾਂ ਜਨਾਬ ਇਸ ਹਵਾਲੇ ਨਾ ਕਿਆ ਖਿਦਮਤਾਂ ਕੁਰਾਨਾ ਸਾਹਿਬ ਜਿਸਲਾ ਮੈਂ ਪਹਿਲੇ ਤੁਸਾਂ ਹੀ ਦੱਸਿਆ ਬਾਰ-ਬਾਰਾ ਹੋਣਾ ਆਪਣੇ ਮੂਮੀਆਂ ਮਿੱਠੂ ਬੰਨੇ ਵਾਲੀ ਗੱਲ ਹੀ ਫਿਰ ਅਸਾਂ ਇੱਕ سلسلہ ਸ਼ੁਰੂ ਕੀਤਾ ਕਿ ਹਰ ਜਿਸ ਟਾਈਮ ਰਿਜ਼ਲਟ ਆਛਨੇ ਨਾ ਉਸ ਤੋਂ ਬਾਅਦ ਇੱਕ ਟੈਸਟ ਕਿੰਨੇ ਆਸਾ ਉਸ ਟੈਸਟ ਜਿਹੜਾ ਬੱਚਾ 75 ਪਲੱਸ ਮਾਰਕਸ ਕਿੰਸੀ ਨਾ ਉਸ ਕੀ ਅਸਾਂ ਉਹ ਜਿਸ ਵੀ ਸਕੂਲ ਚ ਉਸਨੇ ਫੀਸ ਉਸਨੇ ਪਾਕਿਟ ਮਨੀ ਉਸ ਦੀਆਂ ਕਿਤਾਬਾਂ ਯੂਨੀਫਾਰਮ ਉਹ ਸਾਰਾ ਖਰਚਾ ਅਬੋਰ ਬਰਦਾਸ਼ਤ ਕਰਨੇ ਠੀਕ ਹੈ ਤੇ ਵੀਹ ਤੋਂ ਪੰਝੀ ਬੱਚੇ ਐਸੇ ਵੇ ਜਿਹੜੇ ਮਾੜੇ ਸਕੂਲ ਵਿੱਚ ਉਹਨਾਂ ਨੇ ਫੀਸ ਯੂਨੀਫਾਰਮ ਸਾਰਾ ਕੁਛ ਉਹ ਕਰਨੇ ਫਿਰ ਇਹ ਬਿਲਡਿੰਗ ਨਾ ਵੀ ਸਾਰਾ ਤਾਂ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਸੀਂ ਦੱਸੀ ਰਿਹਾ ਕਿ ਅਸਾਂ ਇਹ ਜਿਹੜਾ ਅਦਾਰਾ ਬਣਾਇਆ ਇਸ ਨੇ ਵੱਲਾ ਕਿ ਕੋਈ ਅਸਾਂ ਨਾਲ ਇਹ ਮਾਇੰਡ ਨਹੀਂ ਕਿ ਅਸਾਂ ਇਸ ਵਿੱਚ ਬਿਜ਼ਨਸ ਕਰਨਾ ਅਸਾਂ ਇਸ ਵਿੱਚ ਕਮਾਉਣਾ بس الحمدللہ ਹੁਣੇਦਾਰਾ ਇਤਨੇ ਜੁਗਾ ਹੋ ਗਿਆ ਕਿ ਆਪਣੇ ਆਪ ਐ ਕਿ ਸਰਵਾਈਵ ਕਰਨਾ ਪਿਆ ਆਪਣੇ ਆਪ ਐ ਕਿ ਹੁਣੇ ਖੁਦ ਆਪਣਾ ਖਰਚਾ ਖੁਦ ਬਰਦਾਸ਼ਤ ਕਰਨਾ ਪਿਆ الحمدللہ ਇਸ ਸੈਸ਼ਨ ਤੂ ਇਸ ਤਰ੍ਹਾਂ ਹੋਇਆ ਤੇ ਲਾਕਡਾਉਨ ਵਿੱਚ ਮੈਂ ਤ ਕਹਿ ਦਸਾਂ ਜਿਹੜੇ ਰਿਲੇਟਿਡ ਮਾੜੇ ਨਾਲ ਲੋਕ ਓ ਇਸ ਚੀਜ਼ ਕੀ ਬਿਲਕੁਲ ਦੱਸਣ ਕਿ ਫਸਟ ਟਾਈਮ ਜਿਸ ਲੈ ਅਸਾਂ ਔਨਲਾਈਨ ਸ਼ੁਰੂ ਕੀਤਾ ਉਸ ਟਾਈਮ ਵੀ ਮੀ ਪਤਾ ਸਾ ਔਨਲਾਈਨ ਨਹੀਂ ਚਲੀ ਸਕਣਾ ਫਿਰ ਜਿਸ ਤਰ੍ਹਾਂ ਸੋਲਵਿੰਗ ਟਾਸਕ ਬਣਾਇਆ ਅਸਾਂ ਟੀਚਰਸ ਕੀ ਬੁਲਾਇਆ ਸਾਰਾ ਕੁਝ ਉਹ ਟੀਚਰਸ ਨਾ ਸਾ ਫਿਰ ਉਹ ਸਾਲਵਿੰਗ ਟਾਸਕ ਜਿੰਨਾ ਅਸਾਂ ਬਣਾਇਆ ਉਸਮੇ ਫੋਟੋਕਾਪੀ ਨਾ ਜਿੰਨਾ ਖਰਚਾ ਆਇਆ ਉਹ ਵਲਦੈਨ ਕੀ ਅਸਾਂ ਫ੍ਰੀ ਆਫ ਕਾਸਟ ਨਾ ਸਾਲਵਿੰਗ ਟਾਸਕ ਦਿੱਤਾ ਉਸਨੇ ਕੋਈ ਅਸਾਂ ਪੈਸੇ ਨਹੀਂ ਕਿਤੇ ਜਿੰਨਾ ਵੀ ਉਹ ਖਰਚਾ ਆਇਆ ਅਸਾਂ ادارے برداشت ਕੀਤਾ ਉਹ ਅਸਾਂ ਵਲਦੈਨ ਕੋਲ ਨਹੀਂ ਕਿਤੇ ਜਿਸ ਤਰ੍ਹਾਂ ਅਸਾਂ ਛੁੱਟੀਆਂ ਨਾ ਟਾਸਕ ਦੇਣੇ ਆ ਨਾ ਬੱਚੇ ਤਕਰੀਬਨ ਇਤਨਾ ਮਿਲਣਾ ਜੁਲਣਾ ਬਣੇਗਾ ਜਿਹੜਾ 5-600 ਰੁਪਏ ਨਾ ਪਰ ਸਟੂਡੈਂਟ ਨਾ ਹੋਣਾ ਤੇ ਇਹ ਅਸਾਂ ਫ੍ਰੀ ਆਫ ਕਾਸਟ ਦਿੱਤਾ ਕੁ ਸਭ ਮਾਪੇਨ ਕੋਲ ਉਸਾਂ ਪੈਸੇ ਨਹੀਂ ਕਿਤੇ ਬਾਕੀ 20% ਕੀਤਾ ਸਾ ਗਵਰਨਮੈਂਟ ਲਾਨ ਉਸਨੇ ਪਰ ਵੀ ਅਸਾਂ ਕੋਸ਼ਿਸ਼ ਕੀਤੀ ਕਿ ਪੂਰਾ ਫਾਲੋ ਕਰਾਂ ਤਾਂ ਕੁਝ ਮਾਪੇਨ ਐਸੇ ਵੇ ਕਿ ਵੈਸੇ ਹੀ ਉਹਨਾਂ ਨੇ ਫੀਸ ਨਹੀਂ ਮੈਂ ਬਹੁਤ ਜ਼ਿਆਦਾ ਕੰਸੈਸ਼ਨ ਨਹੀਂ ਤਾਂ ਕੁਝ ਨਾ ਪੂਰੀ ਕੁਛ ਨਾ ਦੋ ਮਹੀਨੇ ਨਹੀਂ ਕੁਛ ਮਸਨ ਜਿਸ ਤਰ੍ਹਾਂ ਨਾ ਬੰਦੇ ਮੇ ਕਿ ਆਖਿਆ ਨਾ ਹਰ ਬੰਦੇ ਨਾਲ ਉਸੇ ਤਰ੍ਹਾਂ ਤਾਵਨ ਹੋਇਆ ਔਰ ਪੂਰੀ ਕੋਸ਼ਿਸ਼ ਕੀਤੀ ਗਈ ਕਿ ਅਗਰ ਕੋਈ ਸਭ ਬੰਦੇ ਆਖਿਆ ਕਿ ਮਾਰੇ ਕੋਲ ਸਾਰਿਆਂ ਮਹੀਨਿਆਂ ਨਹੀਂ ਕੋਨੀ ਤੇ ਮੈਂ ਉਸਕੀ ਆਖਿਆ ਹੈ ਠੀਕ ਹੋਈ ਗਿਆ ਹਲੇ ਫਰਾਂਚਾਈਜ਼ ਸਿਸਟਮ ਆਸਾੜਾ ਅਸਾਂ ਬਿਲਕੁਲ ਇਸ ਤਰ੍ਹਾਂ ਸਾਰੇ ਨਾ ਛੋੜੀ ਸਕਨੇ ਬਹਰ ਅ ਫਿਰ ਵੀ ਅਸਾਂ ਇਸ ਤਰ੍ਹਾਂ ਕੀਤਾ ਕਿ ਉਹ ਆਪਣੇ ਸਿਰ ਕਿਦਾ ਫਰਾਂਚਾਈਜ਼ ਕੀ ਅਸਾਂ ਪੇਮੈਂਟ ਕਰਨੀ ਉਹ ਸਾਂ ਆਪਣੇ ਸਿਰ ਕਿਦਾ ਕਿ ਉਸ ਅਸਾਂ ਵਾਲਦਿਆਂ ਕੀ ਇਤਨਾ ਤੰਗ ਨਹੀਂ ਕੀਤਾ ਕਿ ਇਨਾ ਹਸਤਾ ਕੋਈ ਇਤਨੀ ਮੁਸ਼ਕਲ ਹੋਇਆ ਕਿ ਉਹ ਔਰ ਫਿਰ ਇੱਕ ਹੋਰ بڑا ਮਸਲਾ ਪੈਦਾ ਆਇਆ ਵਾਲਦਿਆਂ ਹਸਤਾ ਜਿਹੜਾ ਵੈਸੇ ਮਸਲਾ ਤਾਂ ਨਹੀਂ ਵੈਸੇ ਬਲਦੇਨ ਹਸਤਾ ਖੁਸ਼ੀ ਨਹੀਂ ਗੱਲ ਸੀ ਕਿ ਬੱਚੇ ਕਿਉਂਕਿ ਫ੍ਰੀ ਸੇ 6 7 ਮਹੀਨੇ ਤਕਰੀਬਨ ਹਰ ਬੱਚੇ ਦਾ ਯੂਨੀਫਾਰਮ ਜਿਹੜਾ ਉਹ ਨਾਲ ਹੀ ਉਹ ਛੋਟਾ ਹੋ ਗਿਆ ਹਰ ਤਕਰੀਬਨ ਬੱਚੇ ਕੀ ਉਹ ਯੂਨੀਫਾਰਮ ਨਵਾਂ ਕਿੰਨਾ ਪਿਆ ਫਿਰ ਯੂਨੀਫਾਰਮ ਨਾ ਬਰਡਨ ਫਿਰ ਅਗਰ ਉਸ ਨਾਲ ਫੀਸ ਨਾ ਵੀ ਬਰਡਨ ਹੋਵੇ ਫਿਰ ਉਸ ਤੋਂ ਬਾਅਦ ਅਗਰ ਅਸਾਂ ਇਹ ਟਾਸ ਸਾਰਾ ਕੁਝ ਇਹ ਵੀ ਕਰਾਂ ਤਾਂ ਫਿਰ ਕੋਈ ਤਾਵਨ ਨਹੀਂ ਨਾ ਕੀਤਾ ਤੇ ਇਹ ਮਾੜੇ ਸੁਬੇਤਰ ਜਿਹੜੇ ਵਲਦੇ ਨੇ ਇਸ ਟਾਈਮ ਕੁਝ ਬਹੁਤ ਸਾਰੇ ਤਖਣੇ ਵੀ ਪੇ ਉਹ ਦੱਸੀ ਸਕਣੇ ਕਮੈਂਟ ਨਹੀਂ ਸ਼ਕਲਿ ਚ ਕਮੈਂਟ ਕਰੀਤਾ ਕਿ ਅਸਾਂ ਕਿਤਨਾ ਆਸਾਨੇ ਦਾਾਰੇ ਕਿਤਨਾ ਤਾਉਣ ਕੀਤਾ ਤਾਂ ਬਾਕੀ ਵੀ ਮੈਂ ਇਹ ਆਖਾਂ ਕਿ ਬਾਕੀ ਜਿੰਨੇ ਸਾਰੇ ਸਕੂਲ ਹੈ ਕਮਜ਼ਕਮ ਬੇਵਲ ਨੇ ਜਿੰਨੇ ਸਕੂਲ ਹੈ ਅ ਗਰੂਨਾ ਨੇ ਓਨਰ ਜਾਂ ਪ੍ਰਿੰਸੀਪਲ ਜਾਂ ਕੋਈ ਟੀਚਰ ਕੋਈ ਸੁਨਣਾ ਪਿਆ ਤਾਂ ਉਹਨਾਂ ਕੀ ਵੀ ਮੈਂ ਮੈਸੇਜ ਦੇਸਾਂ ਕਿ ਅਸਾਂ ਇੱਕ ਅੱਛੀ ਰਾਹ ਜਾਣੇ ਪਿਆ ਅਸਾਂ ਇੱਕ ਛੇ ਇਹ ਤਰੀਕੇ ਨਾਲ ਇਸ ਕੀ ਅੱਗੇ ਖੜੀਆ ਹੈ ਔਰ ਵਾਲਦੇਨ ਕੀ ਕਮਜ਼ ਕਮ ਇਹ ਨਹੀਂ ਕਿ ਸਾਰੇ ਹੀ ਛੋੜ ਦਿਓ ਜਿਹੜੇ ਅਫੋਰਡ ਕਰੀ ਸਕਣੇ ਉਹਨਾਂ ਕੀ ਤੁਸੀਂ ਇਸ ਗੱਲ ਉਪਰ ਬਿਲਕੁਲ ਬਿਠਾਓ ਉਹਨਾਂ ਨਾਲ ਮੀਟਿੰਗ ਕਰੋ ਉਹਨਾਂ ਕੀ ਅਗਰ ਤੁਸੀਂ 20% ਵੀ ਨਾ ਆਫ ਕਰਨੇ ਨਾ ਕਰੋ ਜਿਹੜੇ ਨਹੀਂ ਅਫੋਰਡ ਕਰੀ ਸਕਣੇ ਉਹਨਾਂ ਕੀ ਜਿੰਨੀ ਤੁਸੀਂ ਛੂਟ ਦੇ ਸਕਣੇ ਉਹਨਾਂ ਹੀ ਦਿਓ ਤਾਂ ਕਿ ਉਹ ਬੱਚਿਆਂ ਦਾ تعلیم ਦਾ سلسلہ ਜਾਰੀ ਰੱਖਣ ਉਹ ਇਤਨੇ ਮਜਬੂਰ ਨਾ ਹੋਈ ਜਾਣ ਕਿ ਇਧਰੂ ਸ਼ਿਫਟ ਕਰਨ ਦੂਏ ਪਾ ਸਕਤਾ ਬਾਹਵੇਂ ਕਿ ਨਹੀਂ ਆ ਫਿਰ ਸ਼ਿਫਟ ਨਾ ਵੀ ਇੱਕ ਮੈਸਾਂ ਦਸਨਾ ਹੈ ਜਿਹੜਾ ਹੁਣ ਗਵਰਨਮੈਂਟ ਨਵਾਂ ਆਰਡਰ ਦਿੱਤਾ ਕਿ ਅਗਰ ਬੱਚਾ ਇੱਕ ਪ੍ਰਾਈਵੇਟ ਸਕੂਲ ਤੋਂ ਕਿਸੇ ਦੂਏ ਪ੍ਰਾਈਵੇਟ ਸਕੂਲ ਮੂਵ ਹੋਣਾ ਤਾਂ ਉਸਨੇ ਹਸਤਾ ਐਨਓਸੀ ਹੋਣਾ ਉਸਕੋ ਲਾਜ਼ਮੀ ਹੈ ਔਰ ਦੂਏ ਪ੍ਰੀਵਿਅ ਸਕੂਲ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਆ ਤਾਂ ਕੋਈ ਵੀ ਅਦਾਰਾ ਸਰਟੀਫਿਕੇਟ ਤਾਂ ਹੀ ਦੇਸੀ ਕਿ ਜਿਸਲਾ ਹੋ ਤੁਸੀਂ ਉਸਨੇ ਜਿੰਨੇ ਬਕਾਇਆ جات ਹੋ ਕਲੀਅਰ ਕਰਸੋ ਤਾਂ ਇਸ ਹਸਤਾ ਜਿੰਨੇ ਸਕੂਲ ਯੋ ਕਮਸ ਕਮ ਬੇਵਲ ਨੇ ਉਹ ਤੇ ਇਤਨਾ ਕਰੋ ਕਿ ਬਾਕੀ ਵਾਲਦੇਨ ਨਾਲ ਸਾਰਿਆਂ ਨਾਲ ਇਤਨਾ ਤਾਵਨ ਕਰੋ ਕਿ ਜਿਹੜੇ ਤੁਸਾਂ ਕੋ ਸਟੂਡੈਂਟ ਹੈ ਉਹ ਤੁਸਾਂ ਨੇ ਬੱਚੇ ਵੇ ਤਾਂ ਉਹਨਾਂ ਨੇ ਵਾਲਦੇਨ ਨਾਲ ਤੁਸਾਂ ਨਾਲ ਰਿਸ਼ਤਾ ਇਸ ਲਿੰਕ ਨਾਲ ਬਣੀ ਜਾਣਾ ਕਿ ਉਹ ਤੁਸਾਂ ਨੇ ਬੱਚੇ ਕੱਲ ਬਿਲਕੁਲ ਤੁਸਾਂ ਨਾਲ ਬਹੁਤ ਕਰੀਬੀ ਰਿਸ਼ਤਾ ਉਹਨਾਂ ਨੇ ਵਾਲਦੇਨ ਨਾਲ ਬੰਨਣਾ ਤਾਂ ਉਹਨਾਂ ਨੇ ਵਾਲਦੇਨ ਵਾਸਤੇ ਥੋੜੀ ਜੀ ਆਸਾਨੀ ਪੈਦਾ ਕਰੋ ਬਹੁਤ ਜ਼ਬਰਦਸਤ ਬਹੁਤ ਸੂਰਤ ਮੈਂ ਇੱਕ ਹੋਰ ਮਾੜਜ਼ਹਿਨ ਇਹ ਸਵਾਲ ਤੁਹਾਨੂੰ ਥੋੜਾ ਜਿਹਾ ਪਾਣੀ ਦੇਸੋ ਥੋੜਾ ਜਿਹਾ ਮਾੜਜ਼ਹਿਨ ਇਹ ਇੱਕ ਹੋਰ ਸਵਾਲ ਸਾ बहुत सारे दोस्त साले बिलखसूस जनाब हबीब रशीद साहब सलाम पेश करने पे जी मत तुस की, की भी सलाम जी हबीब साहब क्या हाल ठीक हो खैरी मेरी पहुंची क्यों इंग्लैंड इंग्लैंड या अवान रहने रैने वसने पे हो अलामी रखा त बहुत शुक्रिया जी हबीब साहब सलामत रहे तुसा भी तो उस बद जनाब अशफाक मलिक साहब जी सा माशा लाने पे त इमरान अली भट्ट साहब ਇਮਾਨ ਸਾਹਿਬ ਕੇ ਹਾਲਾ ਠੀਕ ਹੋ ਬੜ ਸਾਹਿਬ ਜੀ ਸਲਾਮ ਪੇਸ਼ ਕਰਨੇ ਪੇ ਜੀ ਅਸਾਂ ਕੀ ਤੇ ਪ੍ਰੋਗਰਾਮ ਕਿਸਾਨਾਂ ਨੇ ਪੇ ਬਹੁਤ ਸ਼ੁਕਰੀਆ ਜੀ ਬੜ ਸਾਹਿਬ ਸਲਾਮਤ ਰਿਓ ਆਬਾਦ ਰਿਓ ਜਿੱਥੇ ਜਿੱਥੇ ਸਾਡੇ ਦੋਸਤ ਭਰਾ ਵਸਨੇ ਪੇ ਜਿਹੜੇ ਜਿਹੜੇ ਮੁਲਕਾਂ ਚ ਕਿਉਂਕਿ ਅਸਾਂ ਨੇ ਤੇ ਸੁਰਤ ਹਾਲ ਹਾਲੇ ਬਿਹਤਰ ਇਹ ਕਾਫੀ ਕਿ ਕਰੋਨਾ ਇਤਨਾ ਜ਼ਿਆਦਾ ਹੈ ਬੇਕਾਬੂ ਨਹੀਂ ਹੋਇਆ ਕਾਫੀ ਅੱਛਾ ਜਾਣਾ ਪਿਆ ਤੇ ਸਾਕਬ ਵਾਰਸੀ ਸਾਹਿਬ ਤੋਂ ਇਸਲਾਮ ਪੇਸ਼ ਕਰਨੇ ਪੇ ਜੀ ਹਫਤਾ ਸਾਹਿਬ ਜੀ ਵੈਲਕਮ ਜੀ ਸਾਕਬ ਵਾਰਸੀ ਸਾਹਿਬ ਵਾਲੇਕਮ ਅਸਲਾਮ वेलकम ਆਣੇ ਆ ਜੀ ਸਾਕਬ ਵਰਸੇ ਸਾਹਿਬ ਆਪਣੀ ਬਦਮੀ ਤੁਸਾਂ ਕੀ ਆਪਣੇ ਪੇਜ ਉਪਰ ਵੈਲਕਮ ਕਰਨੇ ਆ ਬਾਦਰੋ ਸ਼ਾਦ ਰਿਓ ਤੇ ਕਿਉਂਕਿ ਬਾਕੀ ਦੁਨੀਆ ਵਿੱਚ ਬਹੁਤ ਸੁਰਤਿਆਲ ਜਿਹੜੀ ਪਤਾ ਚਲਨੀ ਪਈ ਅਸਾਂ ਕਿ ਬਹੁ ਮਾੜੀ ਹੈ ਤੇ ਖੁਦਾ ਤਾਲਾ ਕੇ ਦੁਆਈ ਖੁਦਾ ਤਾਲਾ ਤੋਂ ਖੈਰੀ ਖਰਾਮੀ ਰੱਖਿਆ ਇਸ ਮੂਜੀ ਮਰਜ਼ ਤੋਂ ਬਚਾਈ ਕੇ ਰੱਖਿਆ ਸਿਹਤ ਨੀ ਉਮਦਾ ਬਹਾਰਾਂ ਚ ਰਿਓ ਸਾਰੀ ਦੁਆ ਤੁਸਾਂ ਨਾਲੀਆਂ ਤੇ ਇਨਸ਼ਾਅੱਲਾ ਰਹਿਸਾਂ ਸਦਾ ਰਹਿਸਾਂ ਤੇ ਪ੍ਰੋਗਰਾਮ ਇਸ ਤਰ੍ਹਾਂ ਥੋੜਾ ਜਿਹਾ ਜਗੇ ਵਧਾਣੇ ਆ ਫਿਰ ਕਲੋਜ਼ ਵੀ ਕਰਸਾਂ ਬਹੁ ਸਾਰੇ ਦੋਸਤਾਂ ਕੇ ਨਾਲ ਗਿਆ ਤੇ ਮੈਂ ਇਹ ਦਸਾਂ ਕਿ ਇਸ ਲਈ ਆਉਣਾ ਕਿ ਬਹੁਤ ਸਾਰੇ ਬੱਚੇ ਬਹੁਤ ਸਾਰੇ ਬੱਚਿਆਂ ਦੀ ਬਚਪਨ ਵਿੱਚ ਅ ਅ ਅਹਿਸਾਸ ਕਰਨਿਆ ਕਿ ਕਮੀ ਨਾਲ ਇੱਕ ਅਹਿਸਾਸ ਰਹਿਣਾ ਅਸਾਸੇ ਕਮਜ਼ੋਰੀ ਉਸ ਕੀ ਅਹਿਸਾਸ ਕਰਨਿਆ ਅਸਾਸੇ ਕਮਜ਼ੋਰੀ ਦਾ ਅਹਿਸਾਸ ਉਹਨਾਂ ਵਿੱਚ ਜ਼ਿਆਦਾ ਹੋ ਜਾਣਾ ਤਾਂ ਉਸ ਨੇ حوالے ਨਾਲ ਤੁਸੀਂ ਕਹਿ ਕਰ ਸਕਣੇ ਹੋ ਜਾਂ ਜਿਹੜੀ ਨਫਸੀਆਤੀ ਤਰਬੀਅਤ ਹੀ ਬੱਚੇ ਨਹੀਂ बच्चे नफसियाती तरबीय तो उसने तुम क्या या वालदेना की क्या करना चाहिए ना क्योंकि जिसे कमतरी है बहुत सारे बच्चों बचपन ही हो जाना और फिर किसा तो भी मैदान अग्न बी नहीं इस हवाले ना क्या करना पे वालदेना की बिलखसूस दस कि उन्होंने क्या करना चाहिए ताकि उन्होंने बच्चे होास कमतरी शिकार ना होशरा मुसर जिम्मेदार शायरी बनी सी राब मैंने सोलना जवाब देना सब ਦੋ ਤਰ੍ਹਾਂ ਹਸਤੀਆਂ ਐਸੀਆਂ ਆਈਆਂ ਕਿ ਜਿਨ੍ਹਾਂ ਨਾਲ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਾਂ ਤਾਰਕ ਪਰਵੇਸ ਸਾਹਿਬ ਉਹ ਵੀ ਮਾਸ਼ਾਅੱਲਾ ਬੜਾ ਇਸ ਟਾਈਮ ਤਾਲੀਮੀ سلسلے ਚ ਵੀ ਮੋਬਾਈਲ ਦੇ ਨਾਲ ਬੜਾ ਤਾਵਨ ਕਰਨੇ ਪਏ ਤੇ ਜਿਹੜਾ ਬਾਕੀ ਵੀ ਖੇਲਾਂ ਛਲਾਨਾ ਬਾਕੀ ਵੀ ਜਿੰਨਾ ਇਲਾਕੇ ਨੇ ਸਮਾਜੀ ਜਿੰਨੇ ਕੰਮ ਹੋਣੇ ਉਸਨੇ ਚੋ ਬਹੁਤ ਜ਼ਿਆਦਾ ਬੜੀ ਚੜੀ ਫਰੰਟ ਫੁੱਟ ਹੋਈ ਤਾਵਨ ਕਰਨੇ ਤੇ ਮਾੜੇ ਦਾਰੇ ਚ ਵੀ ਐਸੇ ਬੱਚੇ ਥੇ ਵੇ ਜਿਨ੍ਹਾਂ ਨੂੰ ਮਾਲੀ ਮਾਵਨਤ ਕਰਨੇ ਪਏ ਤਾਂ ਉਹਨਾਂ ਨੇ ਮਿਕੀ ਇਹ ਜ਼ਰੂਰ ਆਖਿਆ ਵਾ ਕਿ ਤੁਸੀਂ ਕੁਸੇ ਜਗ੍ਹਾ ਇਹਨਾਂ ਬੱਚਿਆਂ ਨਾ ਨਾ ਨਹੀਂ ਕਿੰਨਾ ਬਾਕੀ ਉਹ ਮਿਕੀ ਬਿਲਕੁਲ ਇਸ ਤਰ੍ਹਾਂ ਹੀ ਪੂਰੀ ਤਾਵਨ ਕਰਨੇ ਅਭੀ ਬ੍ਰਸ਼ੀਦ ਸਾਹਿਬ ਭਾਈਏ ਬੜੇ ਤੇ ਰੀਸੈਂਟ ਯੂ ਆਏ ਸੇ ਮੁਲਾਕਾਤ ਵੀ ਹੋਈ ਤੇ ਉਹਨਾਂ ਇੱਕ ਟੈਸਟ ਬਣਾਈ ਉਮੀਦ ਟੈਸਟ ਤੇ ਉਸ ਹਵਾਲੇ ਨਾਲ ਵੀ ਉਹ ਬੜਾ ਤਾਵਨ ਕਰਨੇ ਹੋਣ ਇਸ ਵਾਰੀ ਵੀ ਤਕਰੀਬਨ 6 ਜਾਂ 7 ਆਈ ਥਿੰਕ 6 8 7 ਜਾਂ 8 ਬੱਚੇ ਐਸੇ ਵੇ ਜਿਨਾਨਾ ਯੂਨੀਫਾਰਮ ਕਿਤਾਬਾਂ ਮਾੜੇ ادارے ਜਿਹੜੇ ਬੱਚੇ ਵੇ ਜੀ ਉਹਨਾਂ ਨੇ ਯੂਨੀਫਾਰਮ ਔਰ ਕਿਤਾਬਾਂ ਇਹ ਸਾਰਾ ਬਿੱਲ ਜਿਹੜਾ ਇਹਨਾਂ ਹਬੀਬ ਰਸ਼ੀਦ ਦਾ ਆਪਣੇ ਪਾਂਜਾ ਮਲਕ ਨਮਾਨ ਤਾਰਕ ਸਾਹਿਬ ਉਹਨਾਂ ਸਾਰਾ ਪੇ ਕੀਤਾ ਤਾਰਕ ਪ੍ਰਵੇਸ਼ ਸਾਹਿਬ ਵੀ ਸਾਰੇ ਸੜਾ ਭਰਾ ਆ ਨਿਕਾ ਅੱਲਾਹ ਤਾਲਾ ਖੁਸ਼ ਰੱਖੇ ਸਲਾਮਤ ਰੱਖੇ ਸਾਕਬ ਵਾਰਸੀ ਜੀ ਸਾਕਬ ਵਾਰਸੀ ਵੀ ਤਾਰਕ ਪ੍ਰਵੇਸ਼ ਸਾਹਿਬ ਨੇ ਵਾਲੇ ਨਾਲ ਲੈਣੇ ਕਾਫੀ ਬੱਚੇ ਕੁ ਸੇ ਕਿਤਾਬਾਂ ਕਾਪੀਆਂ ਕਿਉਂਕਿ ਸੜਾ ਇਹ ਜਿਹੜਾ ਸਿਸਟਮ ਆ ਇਹ ਇੱਕ ਮਹਿਤਸਾ ਕੀ ਦੱਸਣਾ ਜ਼ਰੂਰ ਚਾਣਾ ਆ ਤਾਲੀਮ ਨਸਾੜਾ ਵੈਸੀ ਵੀ ਜਿੱਥਾ ਥੋੜੀ ਜੀ ਅੱਛੀ ਤਾਲੀਮ ਦਿੱਤੀ ਜਾਣੀ ਉਹ ਮਹਿੰਗਾ ਸਿਸਟਮ ਆ ਸਾਡੀ ਫਰਾਂਚਾਈਜ਼ੀ ਇਹ ਮਹਿੰਗਾ ਮਸਲ ਹੁੰਜੜਾ ਇਹ ਪਿੰਡ ਜਿਹੜੇ ਇਸਮੀ ਫਰਾਂਚਾਈਜ਼ੀ ਉਸਨੀ 5000 5500 6000 ਫੀਸ ਸ਼ੁਰੂ ਹੋਣੀ ਠੀਕ ਹੈ ਇਸੇ ਤਰ੍ਹਾਂ ਗੁਜਰਖਾਨ ਸ਼ਹਿਰ ਜਿਹੜੀ ਫਰਾਂਚਾਈਜ਼ੀ ਉਸਨੀ 400 5000 ਰੁਪਿਆ ਫੀਸ ਸੀ ਤਾਂ ਅਸਾਂ ਉਸੇ ਫਰਾਂਚਾਈਜ਼ੀ ਅਸਾਂ ਫੀਸ 1500 ਤੋਂ 67000 ਇਸ ਤਰ੍ਹਾਂ ਬਸ ਜਿਸ ਤਰ੍ਹਾਂ ਵੀ ਆ ਇਸ ਤਰ੍ਹਾਂ ਫੀਸ ਕਰਨੇ ਆ ਤਾਂ ਫਿਰ ਅਸਾਂ ਜਿਹੜਾ ਟੈਸਟ ਕੀ ਨਿਆ ਬਹੁਤ ਸਾਰੇ ਸਾਡੇ ਕੋਲ ਐਸੇ ਬੱਚੇ ਵੇ ਕਿ ਜਿਹੜੇ ਮਸਨ ਅਫੋਰਡ ਨਹੀਂ ਕਰ ਸਕਣੇ ਫਿਰ ਜਿਹੜੇ ਅਈਆ ਜੇ ਲੋਕ ਓ ਉਹਨਾਂ ਨਾਲ ਅਗਰ ਮੈਂ ਸਮਝਣਾ ਕਿ ਅਗਰ ਮਾੜੇ ਦਾਰੇ ਇਤਨੇ ਬੱਚੇ ਵੇ ਤੇ ਬਾਕੀ ਸਾਰਿਆਂ ਚ ਵੀ ਹੋਸਣ ਇਹ ਸਾਰਿਆਂ ਨਾਲ ਹੀ ਤਾਵਨ ਕਰਨੇ ਹੋਸਣ ਤਾਂ ਇਹ ਜਿਹਾਂ ਲੋਕਾਂ ਹੀ ਅੱਲਾਹ ਤਾਲਾ ਸਲਾਮਤ ਰੱਖਿਆ ਕਿ ਜਿਹੜੇ تعلیم ਨੇ ਆਪਣੇ ਮਾ ਦਿਾਰੇ ਗੈਰ ਹੀ ਚ ਠੀਕ ਹੈ ਉਹਨਾਂ ਨੇ ਬੱਚਿਆਂ ਨੂੰ ਮਸਤਕਬਿਲ ਉੱਤੇ ਆ ਤਾਂ ਉਹ ਸਾੜਿਆ ਮਸਤਕਬਿਲ ਆਪਣੀ ਮਿੱਟੀ ਕਿਉਂ ਨਾ ਯਾਦ ਰੱਖਿਆ ਆਪਣੇ ਇਲਾਕੇ ਕਿਉਂ ਨਾ ਯਾਦ ਰੱਖਿਆ ਔਰ ਆਪਣੇ ਇਲਾਕੇ ਚ ਕੋਸ਼ਿਸ਼ ਕਰਨੇ ਪਏ ਕਿ ਬੱਚੇ ਪੜਨ تعلیم ਜ਼ਿਆਦਾ ਤੋਂ ਜ਼ਿਆਦਾ ਹੋਵੇ ਹੁਣ ਮੈਂ ਤੁਸਾਂ ਨੇ ਸਵਾਲ ਦਾ ਰਚਾਂ ਕਿ ਕੈ ਸਵਾਲ ਸਤ ਸੋਣਾ ਸਵਾਲ ਇਹ ਸਾਜੀ ਕਿ ਜਿਹੜੀ ਬੱਚਿਆਂ ਚ ਅਸਾਸੇ ਕਮਜ਼ੋਰੀ ਬੱਚੜੇ ਬੱਚੇ ਅਸਾਸੇ ਕਮਜ਼ੋਰੀ ਨਸ਼ਕਾਰ ਹੋ ਜਾਣਾ ਜਾਂ ਅਸਾਸੇ ਵਧ ਜਾਨਾ ਜਿਆਦਾ ਜੁਣਾ ਇਸ ਕੀ ਦੂਰ ਕਰਨੇ ਵਾਸਤੇ ਤੁਸਾਂ ਕੋਲ ਕਹਿ ਲਾਇ ਅਮਲ ਹੈ ਔਰ ਵਾਧੈਨਾ ਨਾ ਵਾਧੈਨਾ ਨਾ ਕਹਿ ਲਾਇ ਅਮਲ ਹੋਣਾ ਚਾਹੀਦਾ ਕਿ ਬੱਚੇ ਅਸਾਸਿਕ ਕਮਜ਼ੋਰੀ ਨਸ਼ਕਾਰ ਨਾ ਹੋਣ ਔਰ ਇੱਕ ਮਾਹਰਨ ਮੁਅਸਰ ਸ਼ਰੀ ਬਣ ਸਕਣ ਤਖੋ ਜੀ ਸਾੜੇ ਮਾਸ਼ਰੇ ਸਭ ਤੋਂ ਬੜੀ ਇਸ ਚੀਜ਼ ਦੀ ਕਮੀ ਹੈ ਕਿ ਬੱਚੇ ਨਹੀਂ ਪਹਿਲੀ ਦਰਸਗਾ ਜਿਹੜੀ ਹੈ ਨਾ ਜੀ ਪਹਿਲੀ ਦਰਸਗਾ ਉਸਨੇ ਮਾਂ ਨੀ ਗੋਦੀ ਠੀਕ ਹੈ ਤੇ ਮਾਂ ਦਾ ਔਰ ਵਾਲਦ ਦਾ ਸਤਾ ਸਭ ਬੱਚੇ ਬਰਾਬਰ ਹੋਣੇ ਚਾਹੀਦੇ ਇਹ ਨਹੀਂ ਕਿ ਇੱਕ ਅਗਰ ਬੱਚਾ ਕੁਸੇ ਵਜ੍ਹਾ ਸੂ ਗੱਲਾਂ ਜ਼ਿਆਦਾ ਬਾਣਾ ਸ਼ਰਾਰਤੀ ਜ਼ਿਆਦਾ ਆ ਲਾਇਕ ਜ਼ਿਆਦਾ ਆ ਉਸਨੇ ਕੋਈ ਈਜ਼ੀ ਆ ਜੀ ਕੁਆਲਿਟੀ ਹੈ ਤਾਂ ਉਸਾ ਕੀ ਬਸ ਵਲ ਦੇਣ ਅੱਗੇ ਆਣਨ ਹਰ ਜਗ੍ਹਾ ਉਸੇ ਹੀ ਆਖਣ ਤੇ ਅਗਰ ਕੁਸੇ ਬੱਚਾ ਥੋੜਾ ਜਿਹਾ ਸ਼ਾਇ ਆ ਸ਼ਰਮਾਣੇ ਵਾਲਾ ਆ ਜਾਂ ਕੁਝ ਆ ਲਾਟ ਵੀ ਤੇ ਇੱਕ ਹੋਰ ਚੀਜ਼ ਹੀ ਜਿਹੜਾ ਸ਼ਰਮਾਣੇ ਵਾਲਾ ਵਲ ਦੇਣ ਉਸ ਫਿਰ ਪਿੱਛੇ ਪਿੱਛੇ ਕਰਨਾ ਸ਼ੁਰੂ ਹੋ ਜਾਣੇ ਹਰ ਜਗ੍ਹਾ ਉਹ ਤੂੰ ਨਹੀਂ ਪਤਾ ਤੂੰ ਬੋਲਣਾ ਕੋ ਨਹੀਂ ਇਹ ਤਾਂ ਕਿਤਨਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਆ ਜੀ ਚੀਜ਼ਾਂ ਪਰ ਵਲ ਦੇਣ ਕੰਟਰੋਲ ਕਰਨ ਤੇ ਸਕੂਲਾਂ ਨਾਲ ਜਾਂ ਉਸਤਾਦਾਂ ਨਾਲ ਇਹ ਕੰਮ ਆ ਅਸਾਂ ਮੈਂ ਤੁਸੀਂ ਪਹਿਲੇ ਇਹ ਦੱਸਣਾ ਹੈ ਕਿ ਅਸਾਂ ਇਸ ਚੀਜ਼ ਵਾਸਤੇ ਕਿਆ ਕਰਨੇ ਆ ਬਹੁਤ ਸਾਰੇ ਸਾਡੇ ਐਸੇ ਵਾਲਦੇ ਨੇ ਕਿ ਉਹਨਾਂ ਬੱਚੇ ਆਂਦੇ ਸਾਡੇ ਕੋਲ ਉਹਨਾਂ ਆਇਆ ਜੀ ਇਹ ਬੱਚਾ ਗੱਲ ਵੀ ਨਹੀਂ ਕਰੀ ਸਕਣਾ ਮੈਂ ਉਹਨਾਂ ਕੀ ਆਖਿਆ 3 ਮਹੀਨੇ ਟਾਈਮ 3 ਮਹੀਨੇ ਬਾਅਦ ਉਹ ਬੱਚਾ ਅਲਹਮਦੁਲਿਲਾ ਅਸੈਂਬਲੀ ਚ ਨਿਕਲਿਆ ਔਰ ਜਿਹੜਾ ਅਸਾਂ ਟਾਪਿਕ ਦੇਣੇ ਆ ਮੈਂ ਤੁਸੀਂ ਦੱਸਿਆ ਮੈਸੇਜ ਆਫ ਡੇ ਅਸਾਂ ਨਾ ਆਉਣਾ ਡੇਲੀ ਅਸੈਂਬਲੀ ਬੱਚੇ ਜਿਹੜਾ ਹੈ ਨਾ ਉਹ ਵੀ ਬਾਹਰ ਅਚੀਨਾ ਉਸ ਪਰ ਗੱਲ ਕਰਨੇ ਠੀਕ ਹੈ 3 ਮਹੀਨੇ ਬਾਅਦ ਉਹ ਬੱਚਾ ਸਟੇਜ ਉੱਪਰ ਆਛੀ ਤੇ ਬੋਲਣਾ ਬੱਚਿਆਂ ਦੇ ਸਾਹਮਣੇ ਤੇ ਜਿਸ ਸੈਸ਼ਨ ਮੁਕੰਮਲ ਹੋਣਾ ਉਹ ਹੀ ਬੱਚਾ ਸਟੇਜ ਉੱਪਰ ਪਰਫਾਰਮੈਂਸ ਕਰਨਾ ਹੋ ਤੁਸੀਂ ਸਾਡੇ ਕੁਸਾ ਵੀ ਰਿਜ਼ਲਟ ਨੀ ਵੀਡੀਓ ਤਖੋ ਤੇ ਉਹ ਤੁਸੀਂ ਕੀ ਉਹ والدین ਆਖਣਗੇ ਇਹ ਬੱਚਾ ਬਿਲਕੁਲ ਦੂਏ ਬੰਦੇ ਨੇ ਸਾਹਮਣੇ ਗੱਲ ਨਹੀਂ ਕਰੀ ਸਕਣਾ ਸਾ ਅੱਜ ਸਟੇਜ ਦੇ ਉੱਪਰ ਮਾਸ਼ਾਅੱਲਾ ਇਤਲਾਵਤ ਕੀ 30 ਬੱਚੇ ਮਾਸ਼ਾਅੱਲਾ ਨਾਤ ਪੜੀ ਯਾਕੂਸਾ ਟੈਬਲੋ ਜਿਸ ਇਸਾ ਕੀ ਦਾ ਯਾ ਸਪੀਚ ਕੀ 30 ਕੁਝ ਵੀ ਆ ਗਿਆ ਆ ਔਰ ਇਤਨਾ ਬੰਦਿਆਂ ਦੇ ਸਾਹਮਣੇ ਬੱਚਾ ਕੌਨਫੀਡੈਂਸ ਨਾਲ ਗੱਲ ਕਰਨਾ ਪਿਆ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਇਨਾ ਜੀ ਮੈਂ ਅੱਗੇ ਵੀ ਜਿਹੜੀ ਗੱਲ ਕਰਨਾ ਪਿਆ ਸਾ ਕਿ ਬੱਚੇ ਨੇ ਅੰਦਰ ਕੌਨਫੀਡੈਂਸ ਹੈ ਬੱਚਾ ਆਪਣਾ ਇਤਮਾਦ ਉਸੇ ਚ ਖੁਦ ਇਤਮਾਦੀ ਹੋਣੀ ਚਾਹੀਦੀ ਬੱਚੇ ਜਿੰਨਾ ਇਤਮਾਦ ਹੋਣਾ ਚਾਹੀਦਾ ਕਿ ਮੈਂ ਕੋਈ ਗੱਲ ਕਿਸੇ ਜਗਾਹ ਕਰਨੇ ਹਾਸਤੇ ਮੈਂ ਚਾਟਣਾ ਮਹਿਸੂਸ ਕਰਾਂ ਮੈਂ ਆਪਣੀ ਗੱਲ ਹੀ ਨਾ ਗਏ ਬਾਈ ਸਕਾ ਅਗਰ ਇਹ ਕਮੀ ਰਹਿਣੀ ਤਾਂ ਫਿਰ ਉਹ ਗੱਲ ਮੈਂ ਆ ਜਾਣੀ ਵਾਲਦੇ ਨਹੀਂ ਪਰ ਇਹ ਕਮੀ ਜ਼ਿਆਦਾ ਵਾਲਦੇ ਨਹੀਂ ਵਜ੍ਹਾ ਸੁਣੀ ਇਹ ਕਮੀ ਅਗਰ ਰਹੀ ਸੀ ਤਾਂ ਜ਼ਿਆਦਾ ਉਸਤਾਦ ਹੋਰਾਂ ਨੂੰ ਉਸਤਾਦ ਦੀ ਵਜ੍ਹਾ ਸੁਈ ਹੈ ਵਾਲਦੇ ਇਸ ਨੇ ਬਹੁਤ ਸਾਰੇ ਕੱਟ ਕਿਉਂਕਿ ਵਾਲਦੇ ਕੀ ਸਾਰੇ ਬੱਚੇ ਹੀ ਪਿਆਰੇ ਹੋਣੇ ਜ਼ਿੰਮੇਦਾਰ ਹੈ ਔਰ ਵਾਲਦੇ ਨਾਸਤੇ ਇਹ ਪੈਗਾਮ ਆ ਕਿ ਤੁਸੀਂ ਬਿਲਕੁਲ ਸਾਰਿਆਂ ਬੱਚਿਆਂ ਕੀ ਬਰਾਬਰ ਰੱਖੋ ਔਰ ਅਗਰ ਜਿਹੜਾ ਬੱਚਾ ਸ਼ਰਮਾਣਾ या जरा बच्चा तो सामने सामने गल नहीं करना बंद सामने गल नहीं करना उसकी दुए सू बचे सू ज्यादा टाइम नहीं जरूरत ही उसकी तुसा अपना टाइम दो उसकी तुसा तवज्जो दो उसकी अगे आनो तुस आनो ना उसकी अगे अगे आनो बिल्कुल जी बहुत जबरदस्त गुफ्तगू करने से पिछले नाल बहुत सारे दोस्त शामिल हुए जी राजा असलान साबर साहब क्या हाल है राना जी वालेकुम सलाम जी ठीक ठाक जी अलहमदुलिल्लाह جی طارق پرویسا صاحب مانیں میں اپ کے لیے میں اپ کے لیے بھائی اسلام صاحب کے لیے بیول کے لیے ہمیشہ حاضر ہوں اپ قابل تعریف ہیں جی بہت شکریہ جی طارق بھائی بہت شکریہ طارق بھائی اپ جیسے تساں جے لوگ ہیں اج اصل رانا صاحب با بندی لائی ہوئی کہ پٹھواریز گل کرنی تے پھر وہ تھوڑا 슬پ افٹر نہیں جانی تے تساں جیسے میں کہے نا کیدا اور میں ضروری سمجھائے نا کنا ਕਿਉਂਕਿ ਇਹ ਨਹੀਂ ਕਿ ਤੁਸੀਂ ਨਹੀਂ ਖੁਸ਼ ਆਮਦ ਹੋ ਜਾਂ ਤੁਸਾਂ ਦਾ ਕਮੈਂਟ ਆਇਆ ਤਾਂ ਮੈਂ ਗੱਲ ਕਰਨਾ ਪਿਆ ਤੁਸੀਂ ਜੈਸੇ ਲੋਕ ਏ ਇੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਸਮਾਜੀ ਲਿਹਾਜ਼ ਨਾਲ ਤਾਵਨ ਕਰਨੇ ਬੱਚਿਆਂ ਨੇ ਤਾਲੀਮੀ ਲਿਹਾਜ਼ ਨਾਲ ਬਲ ਤੁਸੀਂ ਜੇ ਲੋਕਾਂ ਇਸ ਤਰ੍ਹਾਂ ਅਪਰੀਸ਼ੀਏਟ ਕਰਨੇ ਆ ਕਿ ਤੁਸੀਂ ਦਿਆਰੇ ਗੈਰ ਹੀ ਚ ਹੋ ਤੁਸੀਂ ਉੱਥੇ ਰਹੇ ਤਾਂ ਸਾਰਿਆਂ ਬੱਚਿਆਂ ਨੇ ਮਸਤਕਬਿਲ ਨੇ ਬਾਰੇ ਜੇ ਅਗਰ ਸੋਚਨੇ ਹੋ ਤਾਂ ਤੁਸੀਂ ਕੀ ਖਰਾਜਤ ਸੀਨ ਤੇ ਸਾਰਾ ਸਲਾਮ ਬਿਲਕੁਲ ਜੀ ਉਹਨਾਂ ਦਾ ਸਾਰਾ ਸਲਾਮ ਆ ਜੀ ਵਾਕਈ ਕਾਬਲੇ ਤਾਰੀਫ ਹੈ ਕਿ ਪਰਦੇਸ ਵਿੱਚ ਰਹਿ ਤਾ ਆਪਣੇ ਲੋਕਾਂ ਵਾਸਤੇ कोशिश करने साकब वासी साहब बने जी इसमें कोई शक नहीं आफ्ताब भाई बहुत मेहनत कर रहे हैं जी बिल्कुल ये गाली साकब वासी साहब इसमें कोई शक नहीं वाकई मेहनत करने पे और सब तो बड़ी चीज़ है कि एक हर एक चीज़ पर अबू रखना है हर एक चीज़ ना इलम रखना है बच्चे नहीं सब तो बड़ी चीज़ है कि नफसियात समझना है तो उस तू बाद जनाब मलिक मुहम्मद असलम साहब साल से सलाम पेश करने जी वाक़फ़ सलाम साजुद हुसैन साहब सलाम पेश करने तो माशा ने जी बहुत जबरदस्त खूबसूरत बहुत शुक्रिया जनाब साजिद साहब ठीक हो बाले हो ता, ता बेदार हैं जी अलहमदिल्ला कोशिश कसा कि जी खैरी खामी पोच बीप साहब अला तारा खैरी खरामी रखे सेहत नियम का बहारा रखे बहुत शुक्रिया इन्फॉर्मेसन वाकई बच वाल देने काफ़ी अफेक्टिव है मैं चूंकि आप बाल हमारे बच्चे भी स्टूडेंट तालीम हासिल करने पे तो चूंकि मैं भी समझना कि वाकई बहुत अफेक्टिव और मवसर इन्ना जनाब जवाब तो द्ते त सलामत रहो जी अशफाक मलिक साहब भी माशा हमने भेजे तो बाक सारे दोस्त बब साल मौजूद है तो सारे की बहुत शुक्रिया आबाद रहे शादी तथा वाक सुआ अल्लाह तथा कि ਸੇਤਨੀ ਮੁੰਦਾ 12 ਗੁਲ ਗੁਲਰਾਇਸ ਪਰਦੇਸੀ ਸਾਹਿਬ ਜੀ ਸलाम ਪੇਸ਼ ਕਰਨ ਤੇ ਬਹੁਤ ਬਹੁਤ ਦਾਸੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਬੀਬੀ ਰਸ਼ੀਦ ਸਾਹਿਬ ਪ੍ਰੋਗਰਾਮ ਕਿਸ ਤਰ੍ਹਾਂ ਹੈ ਨਾ ਤੇ ਰਾਜਾ ਸਲਾਹ ਸਾਹਿਬ ਤੋਂ ਥੋੜਾ ਸਾ ਕੈਮਰਾ نیچے ਕਰੇ ਜਨਾਣਾ ਜੀ ਠੀਕ ਹੈ ਜੀ ਕੈਮਰਾ ਥੋੜਾ ਜ ਮਾੜਾ ਖਿਆਲਾ ਤੇ ਠੀਕ ਗਿਆ ਅਸਾਂ ਇਥੇ ਇਤਨੇ ਹੀ ਸੀ ਆ ਤੇ ਹੁਣ ਥੋੜਾ ਜ ਸੈਟਿੰਗ ਆਊਟ ਹੋ ਜੈਸੀ ਫਰਖ ਬੇਵਲ ਜੀ ਜਨਾਬ ਫਰਖ ਬੇਵਲ ਸ ਨੂੰ ਸलाम ਪੇਸ਼ ਕਰਨਾ ਜੀ ਹਫਤਬ ਸਾਹਿਬ तुसा की भी तो मी भी फरज साहब क्या ठीक हो सेहत तब भी ठीक है बाद रहे शाद रहे हो जी तो कैमरे तकरीबन सैटिंग ठीक है जी असं अपनी तरफ तो कोशिश की थी कि अच्छी सैटिंग रहा नाले सामने तो दिसना भी रहा असा तो गल बात भी होनी रहा, तो नहीं कमेंट पढ़ी सकता कि तखा असा कि तको तो प्रोग्राम बना क्योंकि मकसद भी ये कि अच्छी गलबात हो कोई इन्फॉर्मेसन मिले लोग की तो हम उसके काफ़ी सारी गुफ्तु हो चुकी मैं जो दो बाब बहुत सारे पेज आले भी जिंदगी बेवल नहीं टीमी है वह समाजी कमा वाले ना बड़ी चढ़ी के ख़िदमात देनी पेश करनी और लाके वास्ते पहले आने बेवल उन्होंने बड़ी खिदमत हम उन्होंने कि खराज तहसीन पेश करना है और बिलखसूस तारक परवेज साहब न भी बहु खिदमत हिं तालीमी हवाले बहुत सारिया बल्कि उनकी शायद पता चलिया उस ਕਿ ਮਿੱਕੀ ਪਤਾ ਚਲੇ ਆ ਜਨਾਬ ਤਾਰਿਕ پرویز ਸਾਹਿਬ ਇੱਕ ਜਗ੍ਹਾ ਬੇਵਲੀ ਚ ਚੀਨੀ 50 ਕਿਲੋ ਕਰਾਈ ਛੋੜੀ ਬਾਕੀ ਜਿਹੜਾ ਉਹ ਖਰਚ ਆਇਆ ਤਾਰਿਕ پرویز ਸਾਹਿਬ ਬਰਦਾਸ਼ ਕਰਸਣ ਜੀ ਪਤਾ ਲਗਾ ਇਸ ਤੂੰ ਹੀ ਜੀ ਜੀ ਇਹ ਮੈਂ ਕਹ ਦੱਸਿਆ ਤੁਸੀਂ ਕਿ ਅਸਾਂ ਨੇ ادارے ਚ ਕਿੰਨੇ ਬੱਚੇ ਜਿਨ੍ਹਾਂ ਨੇ ਕਰਨੇ ਤੇ ਮੈਂ ਕੱਲ ਹੀ ਇੱਕ ਪੋਸਟ ਲਕੀ ਕਿ ਚੀਨੀ ਆਯਾਨ ਸੇਟੀ ਮਾਰਟ ਪਰ ਤਾਰਿਕ پرویز ਸਾਹਿਬ ਦੀ ਤਰਫੋਂ ਇਹ ਹੈ ਕਿ ਜਿਹੜਾ ਵੀ ਕੋਈ ਬੰਦਾਸ਼ ਨਾ ਤੁਸੀਂ 50 ਰੁਪਏ ਉਸ ਨਾਲ ਰੇਟ ਲਾਓ ਤੇ ਬਾਕੀ ਜਿਹੜਾ ਉਹ ਪੈਸੇ ਮਾੜਾ ਇੱਕ ਪੈਗਾਮ ਜਿਹੜੇ ਜਿੰਨੇ ਵੀ ਸੁਣਨੇ ਪਏ ਜਾਂ ਬਾਅਦ ਵਿੱਚ ਵੀਡੀਓ ਕੀਤਾ ਸਨ ਜਿੰਨੇ ਵੀ ਉਸਤਾਦ ਹੈ ਉਹਨਾਂ ਕੀ ਵੀ ਮੈਂ ਇੱਕ ਪੈਗਾਮ ਦੇਣਾ ਜ਼ਰੂਰੀ ਸਮਝਾਂ ਉਹ ਪੈਗਾਮ ਇਹ ਆ ਕਿ ਸਭ ਤੋਂ ਪਹਿਲੇ ਤੁਸੀਂ ਕੋਸ਼ਿਸ਼ ਕਰੋ ਕਿ ਜਿਸ ਲੈ ਤੁਸੀਂ ਕੋਈ ਵੀ ਸਬਕ ਬੱਚੇ ਕੀ ਦੇਣਾ ਚਾਹਣੇ ਹੋ ਤੁਸੀਂ ਨਾ ਲੈ ਜਾ ਤੁਸੀਂ ਨਹੀਂ ਬਾਡੀ ਤੁਸੀਂ ਨਾ ਅੰਦਾਜ਼ ਕਮ ਅਜ਼ ਕਮ ਐਸਾ ਹੋਣਾ ਚਾਹੀਦਾ ਕਿ ਬੱਚਾ ਪੂਰਾ ਤੁਸੀਂ ਨੇ ਉੱਪਰ ਫੋਕਸ ਹੋਇਆ ਔਰ ਬੱਚੇ ਨੇ ਜ਼ਿਹਨੀ ਜਿਹੜੀ ਜ਼ਮੀਨ ਹੀ ਜਿਸकी ਆਖਣੇ ਉਸਾਂ ਉਹ ਇਤਨੀ ਮਵਾਰ ਹੋਇਆ ਕਿ ਉਸ ਟਾਈਮ ਉਸਨੇ ਜ਼ਿਹਨੀ ਚ ਉਸਾਂ ਨਹੀਂ ਗੱਲ ਬੀਜ ਬੋਣ ਹੋਣਾ ਪਿਆ ਜਾਂ ਨਹੀਂ ਹੋਣਾ ਪਿਆ ਇਹ ਟੀਚਰ ਵਿੱਚ ਇੱਕ ਅਬਿਲਟੀ ਹੋਣੀ ਚਾਹੀਨੀ ਟੀਚਰ ਵਿੱਚ ਕੁਆਲਟੀ ਹੋਣੀ ਚਾਹੀਨੀ ਕਿ ਮੈਂ ਇਹ ਸਬਕ ਪੜਾਣਾ ਪਿਆ ਮਾੜੀ ਕਲਾਸ ਵਿੱਚ ਅਗਰ 50 ਬੱਚੇ 20 ਬੱਚੇ 60 ਬੱਚੇ ਤਾਂ ਇਹਨਾਂ ਚੋਂ ਕਿਤਨੇ ਬੱਚੇ ਇਸ ਟਾਈਮ ਕਲਾਸ ਵਿੱਚ ਮੌਜੂਦ ਹੈ ਤੇ ਕਿਤਨੇ ਬੱਚੇ ਇਸ ਟਾਈਮ ਕਲਾਸ ਵਿੱਚੋਂ ਗਾਇਬ ਜ਼ਿਹਨੀ ਤੌਰ ਉਪਰੋਂ ਤਾਂ ਮੌਜੂਦ ਹੀ ਨਹੀਂ ਇਸ ਤੋਂ ਪਹਿਲੇ ਕੋਈ ਵੀ ਜਿਸ ਨੇ ਉਹ ਲੈਸਨ ਦੇਣੇ ਸਬਕ ਸ਼ੁਰੂ ਕਰਨੇ ਉਸ ਤੋਂ ਪਹਿਲੇ ਕਮ ਅਜ਼ ਕਮ 2 ਜਾਂ 3 ਮਿੰਟ ਸਾਡਾ ਮੈਥਡ ਵੀ ਹੈ ਇਹ ਨਾ ਮੈਸੇ ਆਪਣਾ ਦੱਸਣਾ ਹੈ ਸਾਡੀ ਟੀਚਰ ਟ੍ਰੇਨਿੰਗ ਹੋਣੀ ਹਰ 3 ਮਿੰਟਾਂ ਤੋਂ ਬਾਅਦ ਠੀਕ ਹੈ ਅਸਾਂ ਹੈਡ ਆਫਿਸ ਚ ਸਟਾਫ ਪਛਨਾ ਅਸਾਂ ਨੇ ਵੀ ਜਿੰਨੇ ਮੈਨੇਜਮੈਂਟ ਪ੍ਰਿੰਸੀਪਲ ਟ੍ਰੇਨਿੰਗ ਦੇਣੇ ਅਸਾਂ ਆਪਣੇ ਸਟਾਫ ਕੀ ਉਸਨੇ ਵਿੱਚ ਵੀ ਅਸਾਂ ਨਹੀਂ ਕੋਸ਼ਿਸ਼ ਇਹ ਹੋਣੀ ਕਿ ਕਿਉਂਕਿ ਪ੍ਰਾਈਵੇਟ ادارے ਵੇ ਇਸਨੇ ਮੇਬੀ ਕੋਈ ਟੀਚਰ 5 ਮਹੀਨੇ 4 ਮਹੀਨੇ ਟੀਚਰ ਅਚਨ ਜਾਣੇ ਰਹੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ 3 ਮਹੀਨਾ ਬਾਅਦ ਟੀਚਰ ਟ੍ਰੇਨਿੰਗ ਰੱਖਣਿਆ ਔਰ ਸਾਲ ਬਾਅਦ ਗ੍ਰੇਡ ਟੀਚਰ ਟ੍ਰੇਨਿੰਗ ਹੋਣੀ ਜਿਸਨੇ ਵੀ 5 7 ਸਾਢੇ ਕੈਂਪਸਿਸ ਬੈਣੇ ਉਹਨਾਂ ਨੇ ਸਟਾਫ ਹੋਣਾ ਤੇ ਇਹ ਜ਼ਰੂਰੀ ਅਸਾਂ ਉਹ ਆਪਣੇ ਟੀਚਰਸ ਕੀ ਇਹ ਚੀਜ਼ ਦੱਸਨੇ ਆ ਕਿ ਸਭ ਤੋਂ ਪਹਿਲੇ ਕੋਈ ਵੀ ਤੁਸੀਂ ਪੀਰੀਅਡ ਸਟਾਰਟ ਕਿੰਨੇ ਹੋ ਪੀਰੀਅਡ ਚੇਂਜ ਹੋਇਆ ਸਟਾਰਟ ਕਿੰਨੇ ਹੋ ਉਸ ਤੋਂ ਪਹਿਲੇ 2 ਜਾਂ 3 ਮਿੰਟ ਕਮਸ ਕਾ ਮੈਸੇਜ ਤੁਸਾਂ ਦਿਓ ਕਿ ਜਿਸਨੇ ਵਿੱਚ ਬੱਚੇ ਪੂਰੇ ਕਲਾਸ ਵਿੱਚ ਆ ਜਾਣ ਐ ਐਸਾ ਵੀ ਹੋਣਾ ਕਿ ਬੱਚੇ ਤੁਸਾਂ ਨੇ ਪੰਜੀ ਕਲਾਸ ਵਿੱਚ ਪ੍ਰੈਜ਼ੈਂਟ ਬੈਠੇ ਹੋਵੇ ਬਾਰਾ ਉਸਨੇ ਵਿੱਚ ਹੋਈ ਸਕਣਾ 15 ਉੱਥਾਵੇ 10 ਥੇ ਹੀ ਕੋ ਨਹੀਂ ਤਾਂ ਉਸ ਤੋਂ ਸਟੈਪ ਪਹਿਲੇ ਕੋਈ ਵੀ ਸਬਕ ਪੜਾਉਣੇ ਤੋਂ ਪਹਿਲੇ ਸਾਰਿਆਂ ਕੀ ਤੁਸਾਂ ਪ੍ਰੈਜ਼ੈਂਟ ਕਰਨਾ ਉੱਥੇ ਮੌਜੂਦ ਹੋਣ ਤਾਂ ਫਿਰ ਤੁਸਾਂ ਸਬਕ ਸ਼ੁਰੂ ਕਰੋ ਤਾਂ ਇਨਸ਼ਾ ਅੱਲਾਹ ਕਦੇ ਵੀ ਨਹੀਂ ਹੋਣਾ ਕਿ ਤੁਸਾਂ ਕੀ ਹੋ ਰਿਜ਼ਲਟ ਨਾ ਦੇਣ ਤਾਂ ਨੀਤਾਂ ਨਾ ਸਿਲਾ ਅੱਲਾਹ ਤਾਲਾ ਬਹੁ ਅਜਰ ਦੇਣੇ ਤਾਂ ਇਹ ਕਦੇ ਵੀ ਨਹੀਂ ਹੋਈ ਸਕਣਾ ਕਿ ਤੁਸੀਂ ਨੇ ਨੀਅਤ ਅਗਰ ਕੋਈ ਸਿਖਾਣੇ ਨਹੀਂ ਹੈ ਤਾਂ ਉਹ ਸਿੱਖ ਸੀ ਨਾ ਤੇ ਤੁਸੀਂ ਨੇ ਨੀਅਤ ਅੱਛੀ ਹੈ ਤਾਂ ਉਹ ਅਮਲ ਨਾ ਕਰ ਸੀ ਬਿਲਕੁਲ ਜੀ ਬਹੁਤ ਜ਼ਬਰਦਸਤ ਔਰ ਅੱਛੀ ਗੁਫਤਗੂ ਕਰਨ ਸੇ ਪੇ ਅਫਤਾਬ ਸਾਹਿਬ ਮੈਂ ਇਹ ਦੱਸਾਂ ਕਿ ਕਿਉਂਕਿ ਕਾਫੀ ਗੱਲ ਬਾਤ ਹੋਈ ਚੁੱਕੀ ਤੇ ਇੱਕ ਹੋਰ ਮਾਇਜ਼ਾ ਨੇ ਸਵਾਲ ਆਇਆ ਕਿ ਬੱਚਿਆਂ ਨੇ ਜ਼ਹਿਨੀ ਨਸ਼ਾ ਨਾ ਬੱਚਿਆਂ ਨੇ ਜਿਹੜਾ ਮੈਂਟਲੀ ਲੈਵਲ ਆ ਜਾਈ ਨਸ਼ਾ ਨਾ ਮਾਇਆ उसने वास्ते चोंके पढ़ाई ਨਾਲ ਵੈਸੇ ਵੀ ਥੋੜਾ ਬਹੁਤ ਅਸ਼ਨਾ ਨਾਲ ਲੇਕਿਨ ਜਿਹੜੀ ਜ਼ہنی ਨਸ਼ਨ ਮਾਇਆ ਜਿਹਨੂੰ ਦੂਸਰੀ ਮੈਂਟਲੀ ਅਪਰੋਚ ਹੈ ਉਹ ਕਿਸ ਤਰੀਕੇ ਨਾਲ ਬਿਹਤਰ ਹੋਈ ਸਕਣੀ ਉਸਨੇ ਖੁਰਾਕ ਸ਼ਾਕ ਨਾਲ ਵੀ ਹੋਈ ਸਕਣੀ ਜਾਂ ਜਿਹੜਾ ਹੈ ਉਸਨੇ ਤਵਜੋ ਨਾਲ ਕਿਸ ਤਰ੍ਹਾਂ ਉਹ ਜਿਹੜੀ ਜ਼ہنی ਮੈਂਟਲੀ ਅਪਰੋਚ ਜਾਂ ਉਹ ਬਿਹਤਰ ਕੀਤੀ ਜਾ ਸਕਣੀ ਵਾਲਦੈਨ ਵਾਸਤੇ ਕਿਆ ਜ਼ਰੂਰੀਆ ਤੋਖੋ ਜੀ ਉਸਨੇ ਵਾਸਤੇ ਜ਼ਹਿਰੀ ਆ ਇਸੇ ਕੋਈ ਸ਼ੱਕ ਨਹੀਂ ਕਿ ਖੁਰਾਕ ਤਾਂ ਬਹੁਤ ਜ਼ਰੂਰੀ ਆ ਨਾ ਫਿਰ ਬੱਚੇ ਨਾਲ ਆਰਾਮ ਵੀ ਜ਼ਰੂਰੀਆ ਬੱਚੇ ਨਾਲ ਖੇਡਣਾ ਵੀ ਜ਼ਰੂਰੀਆ ਫਿਰ ਬੱਚੇ ਨਹੀਂ ਵਾਲਦੈਨ ਨਹੀਂ ਤਵਜੋ ਵੀ ਜ਼ਰੂਰੀਆ ਇਹ ਸਭ ਬੱਚੇ ਕੀ ਟਾਈਮ ਕਿੰਨਾ ਦੇਣੇ ਹੋ ਉਸੇ ਕਿੰਨੀ ਤਵੱਜਹ ਦੇਣੇ ਹੋ ਇਹ ਸਾਰੀਆਂ ਚੀਜ਼ਾਂ ਵਾਲਦੇਨ ਦਾ ਕੰਮ ਆ ਫਿਰ ਉਸਤਾਦ ਦਾ ਨਾ ਇਹ ਕੰਮ ਆ ਅੱਲਾਹ ਤਾਲਾ ਅਗਰ ਕਿਸੇ ਬੰਦੇ ਕੀ ਇੱਕ ਸਲੀਅਤ ਜ਼ਿਆਦਾ ਦਿੱਤੀ ਤਾਂ ਹੋ ਸਕਣਾ ਦੂਈ ਥੋੜੀ ਕੱਟ ਦਿੱਤੀ ਹੋਵੇ ਇਹ ਤਾਂ ਹੋ ਹੀ ਨਹੀਂ ਸਕਣਾ ਕਿ ਬਿਲਕੁਲ ਕਿਸੇ ਨਾ ਮਾਈਂਡ ਹੀ ਨਾ ਹੋ کمਸ ਕਮ ਇਹ ਤਾਂ ਨਹੀਂ ਨਾ ਕਿ ਸਕੂਲ ਹੀ ਚਾ ਆ ਗਿਆ ਕਲਾਸਾਂ ਪਾਸ ਕਰਨਾ ਪਿਆ ਤਾਂ ਉਸੇ ਬਿਲਕੁਲ ਨੈਲਾ ਕੋਈ ਬੱਚਾ ਨੈਲਾ ਨਹੀਂ ਹੋਣਾ ਅੱਲਾਹ ਤਾਲਾ ਹਰ ਕਿਸੇ ਕੀ ਜ਼ਹਿਨ ਦਿੱਤਾ ਇਹ ਆ ਕਿ ਕਿਸੇ ਨੀ ਪੀਕਿੰਗ ਪਾਵਰ ਜ਼ਿਆਦਾ ਹੀ ਹੈ ਕਿਸੇ ਨੀ ਕਾਟੀ ਕਿਸੇ ਨੀ ਉਸਤੂ ਥੋੜੀ ਕਾਟੀ ਅਸਾਂ ਇਸ ਨਾਲ ਵੇਖਿਆ ਔਰ ਅਸਾਂ ਇਹ ਬਿਲਕੁਲ ਅਮਲਾਂ ਕਰਨੇ ਪਿਆ ਕਿ ਅਸਾਂ ਹਰ ਕਲਾਸ ਵਿੱਚ ਤਿੰਨ ਸੈਕਸ਼ਨ ਬਣਾਈਆਂ ਸੈਕਸ਼ਨ A ਸੈਕਸ਼ਨ B ਸੈਕਸ਼ਨ C ਜੀ ਸੇਮ ਡਾਇਰੀ ਹੋਣੀ ਬੱਚੇ ਨੇ ਜਿਹੜਾ ਵੀ ਕੰਮ ਦੇਣੇ ਆ ਉਹ ਸੇਮ ਦਿੱਤਾ ਸੈਕਸ਼ਨ A ਵਾਲੇ ਬੱਚੇ ਕੀ ਮਸਲ ਨਾਗਰ ਅਸਾਂ 4 ਸਵਾਲ ਦੇਣੇ ਪਿਆ ਸੈਕਸ਼ਨ B ਕੀ ਤਿੰਨ ਸਵਾਲ ਦਿੱਤੇ ਸੈਕਸ਼ਨ C ਕੀ ਦੋ ਸਵਾਲ ਦਿੱਤੇ ਕੱਲ ਉਹਨਾਂ ਦਾ ਟੈਸਟ ਆ ਇਸੇ ਤਰ੍ਹਾਂ ਉਹਨਾਂ ਦੋ ਸਵਾਲਾਂ ਦਾ ਟੈਸਟ ਆ ਇਹਨਾਂ ਅੰਦਰ ਆਇਆ ਇਸੇ ਤਰ੍ਹਾਂ ਅਸਾਂ ਆਸਤਾ ਆਸਤਾ ਚੱਲਨੇ ਜਾਣਿਆ ਜਿਸ ਲਈ ਅਸਾਂ ਫਾਈਨਲ ਪਹੁੰਚਨੇ ਆ ਜਿਹੜਾ ਸਾਡਾ ਰਿਵੀਜ਼ਨ ਟਾਈਮ ਹੋਣਾ ਉਸ ਰਿਵੀਜ਼ਨ ਟਾਈਮ ਤੱਕ ਜਿਹੜਾ ਸਾਡੀ ਸੈਕਸ਼ਨ ਸੀ ਹੈ ਉਹ ਸੈਕਸ਼ਨ ਸੀ ਵਾਲੇ ਬੱਚੇ ਅਸਾਂ ਉਹਨਾਂ ਨੂੰ ਜ਼ਿਆਦਾ ਐਪਰੀਸ਼ੀਏਟ ਕਰਨੇ ਆ ਇਸ ਤੋਂ ਕੇ ਸੈਕਸ਼ਨ ਏ ਵਾਲੇ ਸੈਕਸ਼ਨ ਏ ਵਾਲੇ ਲਾਇਕ ਬੱਚੇ ਉਹਨਾਂ ਤੇ ਹਰ ਹਾਲ ਵਿੱਚ ਉਹਨੇ ਚਾਰ ਨੀ ਜਗ੍ਹਾ ਪੰਜ ਵੀ ਤੁਸਾਂ ਡਾਇਰੀਜ਼ ਦੇ ਸੋ ਕਰੀ ਜਾਂਨੇ ਉਹਨਾਂ ਕੀ ਅਸਾਂ ਅਗਰ ਸੈਕਸ਼ਨ A ਕੀ ਅਸਾਂ 6 ਡਾਇਰੀ ਦਿੱਤੀਆਂ ਉਹਨਾਂ ਕੀ ਅਸਾਂ 4 ਡਾਇਰੀ ਦੇਣੇ ਆ ਸੈਕਸ਼ਨ B ਔਰ C ਕੀ ਔਰ ਕੁਐਸਚਨ ਵੀ ਕੱਟ ਹੋਣੇ ਉਸਨੇ ਤਾਂ ਉਸਨੇ ਚ ਇਹ ਹੋਣਾ ਕਿ ਜਿਸ ਲੈ ਅਸਾਂ ਫਾਈਨਲ ਪੇਪਰ ਤੱਕ ਪਹੁੰਚਨੇ ਆ ਫਾਈਨਲ ਪੇਪਰ ਤੱਕ ਅਸਾਂ ਅਸਾਨਾ ਇਤਨੀ ਐਫਰਟੇ ਕਾਮਯਾਬ ਹੋਈ ਕਿ ਫਾਈਨਲ ਪੇਪਰ ਤੱਕ ਜਿਹੜੇ ਸਾਡੇ ਸੈਕਸ਼ਨ C ਵਾਲੇ ਬੱਚੇ ਹੋਏ ਉਹ ਸੈਕਸ਼ਨ A ਨੇ ਬਰਾਬਰ ਮਾਰਕਸ ਕਿੰਨੇ ਨੇ ਕਾਬਲ ਹੋਈ ਜਾਣੇ ਇਸਨੇ ਕਿਹਾ ਇਹ ਸਾਰਾ اداروں ਦਾ ਕਮਾਲ ਆ ਔਰ ਸਾਡੇ ਟੀਚਰਜ਼ ਦਾ ਕਮਾਲ ਆ ਔਰ ਉਸ ਵੇ ਕੀ ਫਾਲੋ ਕਰਨੇ ਤਾਂ ਉਹ ਬੱਚੇ ਇਸ ਕਾਬਿਲ ਹੋ ਜਾਣੇ ਕਿ ਸੈਕਸ਼ਨ A ਵਾਲੇ ਬੱਚਿਆਂ ਨੇ ਬਰਾਬਰ ਮਾਰਕਸ ਕਿੰਨੇ ਇਹ ਨਹੀਂ ਕੀਤਾ ਜਾਣਾ ਕਿ ਉਹ ਬੱਚੇ ਨਲਾਇਕ ਇਹ ਨਹਿਲੇਵੇ ਉਹਨਾਂ ਕੀ ਬਸ ਜੇ ਕਰੀਆ ਨੇ ਤਾਂ ਵੀ ਠੀਕ ਹੈ ਨਹੀਂ ਕਰੀਆ ਨੇ ਤਾਂ ਵੀ ਠੀਕ ਹੈ ਇਸ ਤਰ੍ਹਾਂ ਨਹੀਂ ਉਹਨਾਂ ਕੀ ਅਸਾਂ ਜ਼ਿਆਦਾ ਕੋਸ਼ਿਸ਼ ਆ ਕਿ ਸਕੂਲ ਦੇ ਅੰਦਰ ਯਾਦ ਕਰਾਈਆ ਔਰ ਥੋੜਾ ਦੇਇਆ ਥੋੜਾ ਥੋੜਾ ਉਹਨਾਂ ਰੋਜ ਬਾਣਿਆ ਆਸਤਾ 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 ਜਿਸ ਲਾ ਫਾਈਨਲ ਤੱਕ ਪਹੁੰਚਨੇ ਆ ਉਹ ਦੋਹਾਂ ਬੱਚਿਆਂ ਨੇ ਬਰਾਬਰ ਹੋ ਜਾਣੇ ਇਹ ਵੀ ਨਹੀਂ ਕਿ ਉਹਨਾਂ ਦੀ ਸਟੱਡੀ ਸਿਲੈਕਟਿਵ ਹੋਈ ਸਿਲੇਬਸ ਉਹਨਾ ਹੀ ਪਰਸਨ ਜਿੰਨਾ ਸੈਕਸ਼ਨ A ਵਾਲਾ ਪੜ੍ਹਸੀ ਬਹਰ ਉਹ ਥੋੜਾ ਜਿਹਾ ਘੱਟ ਪੜਨੇ ਇਹ ਥੋੜਾ ਜ਼ਿਆਦਾ ਪੜੀ ਕਿੰਨੇ A ਵਾਲੇ ਜਲਦੀ ਪੜੀ ਕਿੰਨੇ ਉਹ ਥੋੜਾ ਸਲੋ ਪੜਨੇ ਬਾਕੀ ਇਹ ਬਰਾਬਰ ਦੋਏ ਉਨਾ ਹੀ ਸਿਲੇਬਸ ਪੜਸਨ ਪੇਪਰ ਐਨਵਲ ਜਿਹੜਾ ਹੋਸੀ ਦੋਵਾਂ ਦਾ ਸੇਮ ਹੋਸੀ ਇੱਕ ਹੈ ਪੇਪਰ ਹੋਸੀ ਬਹਰ ਸੈਕਸ਼ਨ C ਵਾਲਾ ਐਨਵਲ ਪੇਪਰ ਤੱਕ ਵੀ ਉਹ ਕਵਰ ਕਰੇ ਕਿਨਾ ਫਿਰ A B C ਇਨਾਂ ਚ ਕੰਪੀਟੀਸ਼ਨ ਹੋਣਾ ਸੈਕਸ਼ਨ A ਜਿਹੜਾ ਬੱਚਾ ਅੱਛਾ ਨਹੀਂ ਕਰਸੀ ਉਹ 2 ਚਲਾ ਜਾਸੀ B ਵਾਲਾ ਜਿਹੜਾ ਅੱਛਾ ਕਰਸੀ ਉਸੇ ਐਪਰੀਸ਼ੀਏਟ ਹੁਣਾ ਉਸਸ ਤਾਪਲੇਪਿੰਗ ਹੋਣੀ ਔਰ ਸਟਾਰ ਆਫ ਦੀ ਡੇ ਹੁਣਾ ਉਸਨੇ ਕਲਾਸ ਇਚ ਲਿਖਿਆ ਜਾਣਾ ਨੋਟਿਸ ਬੋਰਡ ਉੱਪਰ ਬਕਾਇਦਾ ਜਿਹੜਾ ਕਲਾਸ ਬੋਰਡ ਹੁਣਾ ਉਸਨੇ ਲਿਖਿਆ ਜਾਣਾ ਸਟਾਰ ਆਫ ਦੀ ਵੀਕ ਬੱਚਾ ਜਿਹੜਾ ਕੁਝ ਸੈਕਸ਼ਨ ਇੰਪਰੂਵ ਕਰੀਤਾ ਅਗਲੀ ਸੈਕਸ਼ਨ ਇਚ ਜਾਸੀ ਉਹ ਬੱਚਾ ਬੜਾ ਖੁਸ਼ ਹੋਣਾ ਐਪਰੀਸ਼ੀਏਟ ਹੋਣਾ ਉਹ ਫਿਰਕਤ ਦੇ ਵੀ ਉਹ ਸੈਕਸ਼ਨ ਲੂਜ਼ ਨਹੀਂ ਕਰਨਾ ਉਹ ਕੋਸ਼ਿਸ਼ ਕਰਨਾ ਮੈਂ A ਚ ਅਗਰ ਪਹੁੰਚ ਗਿਆ A ਚ ਰਹਾ ਅਗਰ C ਤੂੰ 2 ਪਹੁੰਚ ਗਿਆ ਤਾਂ ਮੈਂ A ਚ ਪਹੁੰਚਾ इसने भी बच्चे बड़ी मेहनत करने स्कूल भी मेहनत करने और कार जाए भी मेहनत करने और वो बच्चे बहुत इम्प्रूव करने जी बिल्कुल जबरदस्त जी बहुत अच्छी और मोहस गुफ्तु चीज पूछी सी कि आया खुराक ना कोई टाइम टेबल भी या है जो खुराक मखसूस चीजा भी उसने जहनी अप्रोच मेंटली अप्रोच जरूरी है जहनी नशुन वे जरूर है और अगर थे तो दौ चाओं मिनटें शार्डर दाऊ ग बेहतर जन चाहियाँ ਦੇਖੋ ਜੀ ਉਸਨੇ ਅਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੀ ਕਿ ਬੱਚਾ ਰਾਤੀ ਟਾਈਮ ਨਾਲ ਜਲਦੀ ਸੋਵੇ ਠੀਕ ਹੈ ਔਰ ਸਵੇਰ ਉਹ ਕਮ ਅਜ਼ ਕਮ ਨਮਾਜ਼ ਟਾਈਮ ਬੱਚਾ ਜ਼ਰੂਰ ਉਠੇ ਅਗਰ ਉਸੇ ਨਮਾਜ਼ ਨਹੀਂ ਉਮਰੀ ਨਮਾਜ਼ ਫਜਰ ਨਹੀਂ ਪੜਾ ਉਸ ਤੋਂ ਬਾਅਦ ਉਹ ਤਿਆਰੀ ਕਰੇ ਅਗਰ ਕੋਈ ਥੋੜਾ ਸਿਲੈਸਨ ਰਹਿ ਗਿਆ ਉਹ ਥੋੜਾ ਜਿਹਾ ਉਸੇ ਨਜ਼ਰ ਮਾਰੀ ਕਿਨੇ ਸਵੇਰ ਸਵੇਰ ਨਾ ਪੜਿਆ ਬਹੁਤ ਅੱਛਾ ਹੋਣਾ ਫਿਰ ਖੁਰਾਕ ਨਾ ਆਇਆ ਕਿ ਉਹ ਕਮ ਅਜ ਕਮ ਹੈਲਦੀ ਨਾਸ਼ਤਾ ਜ਼ਰੂਰ ਕਰਾਇਆ ਬਹੁਤ ਸਾਰੇ ਬੱਚੇ ਐਸੇ ਵੀ ਜਿਹੜੇ ਬਗੈਰ ਨਾਸ਼ਤੇ ਸਵਾ ਜਾਣੇ ਫਿਰ ਜਿਹੜਾ ਇਹੋ ਜਿਹਾ ਜਾਂ ਹੁਣ ਮੌਸਮ ਜਾਣਾ ਪਿਆ ਜਿਸ ਚੇਂਜ ਮੌਸਮ ਹੋਣਾ ਹੋਣਾ ਉਸਨੇ ਚ ਆਹ ਬੱਚੇ ਅਸੈਂਬਲੀ 'ਚ ਖਲਤੇ ਆਈ ਚੱਕਰ ਆ ਜਾਣੇ ਅੱਛਾ ਪਸੀਨੇ ਆ ਜਾਣੇ ਟਹੀ ਪੈਣੇ ਇਹ ਅਜੇ ਬੜੇ ਮਸਾਇਲ ਪੈਦਾ ਹੋਣੇ ਔਰ ਅਸਾਂ ਹੀ ਪਤਾ ਲਈ ਜਾਣਾ ਬੱਚਾ ਨਾਸ਼ਤਾ ਨਹੀਂ ਕਰੀ ਆ ਵਲਦੇਨ ਵਾਸਤੇ ਜ਼ਰੂਰੀ ਆ ਕਿ ਉਹ ਨਕੀ ਨਾਸ਼ਤਾ ਕਰਾਣ ਕਿਉਂਕਿ ਇਹ ਮੈਟ੍ਰਿਕ ਤੱਕ ਸਾਲਾ ਸਕੂਲ ਆ उम्र ऐसी है कि ग्रोथ होनी होनी इसने बच्चा बढ़ना होना इसने खुराक नहीं ज्यादा जरूरत थी तो वालदेन यह जरूरी है कि कम अज कम बढ़ने वाले बच्चे की अच्छी खुराक कम अज़ कम दुधद्ध ना उन्हें जरूर दे दुद्ध बच्चे की नशन मास्त बहुत जरूरी है, है। उसनि जहनी नशन मास्त भी जिसमानी भी उसनिया हड्डिया भी मजबूत होनियाँ और दुद्ध उसने बहुत जरूरी है किसानी फैमिली की बहुत सराहने की वाकई बेबल वास्तव बहुत खिदमात की बहुत अच्छा कम करने पे जी वाकई जी एक गल जी आज साहब ने वाकई बहुत खिदमात हाँ खास कर फैमिली पार्क बनाया ने बहुत अच्छा पार्क लोगों ने तफरी वास्तवें बाबर उजैर साहब सा जी वेलकम आ जी एन आबाद रियो उशाद रियोक साक वासी साहब आने जी बहुत अच्छा प्रोग्राम है बहुत शुक्रिया जनाब वकार नक्षबंधी साहब आने जी बहुत शुक्रिया प्रोग्राम किसर पर बहुत शुक्रिया जनाब सोस्त बहुत सारा शुक्रिया बहुत सारा बताना शुक्रिया तो प्रोग्राम सिलसिला कर, क्लोज करने कौले, कौले। इस तू अलावा जनाब कॉलेज ने हाले ने आ चुके मैं पता कुछ सकस कॉलेज भी शुरू करना पे बहुत जल्दी तो उसने हवाे ना कुछ दो चार गलत कसो फिर आ, मैसेज दे सो साल की वाले देना कि माड़े सब तू इंपोर्टेंट चीज़ यह जी माड़ी जो ख्वाहिश भी सी कि वेवोली कम अज कम गर्लस कॉलेज ਉਹ ਹੈ ਕਿ ਬੱਚੀਆਂ ਤਾਂ ਬੇਵਲੀਆਂ ਜਿਹੜੇ ਇਰਦ-ਗਿਰ ਦੇ ਬੱਚੀਆਂ ਆ ਉਹ ਘੱਟੋ-ਘੱਟ ਬੇਵਲੀ ਚ ਨਾ ਅੱਛੀ تعلیم حاصل ਕਰਨ ਉਹ ਉਹਨਾਂ ਕੀ ਸਸਤਾ ਕਲਰ ਜਾਂ ਗੁਜਰਖਾਂਡ ਨਾ ਜਾਣਾ ਪੋਵੇ ਤੇ ਅਸਾਂ ਜਿਹੜੇ ਸੜ ਐਮਪੀ ਸਾਹਿਬ ਜਵੇਦ ਕੋਸਰ ਸਾਹਿਬ ਉਹਨਾਂ ਕੀ ਬੰਨੇ ਤੋਂ ਪਹਿਲੇ ਵੀ ਤੇ ਬੰਨੇ ਤੋਂ ਬਾਅਦ ਵੀ ਜਿਸ ਸਟੇਜ ਉੱਪਰ ਮੈਂ ਜਾਣਾ ਆ ਉਹਨਾਂ ਕੀ ਮਤਰਾਇ ਮਤਾਲਬੇ ਰੱਖੇ ਸੀ ਉਤਰਾਇ ਮਤਾਲਬੇ ਮੈਂ ਉਹਨਾਂ ਕੀ ਜ਼ਰੂਰ ਯਾਦ ਕਰਾਣਾ ਹੈ ਇੱਕ ਸਾ ਕਿ ਜਿਹੜਾ ਗਵਰਨਮੈਂਟ हायर सेकेंडरी स्कूल गर्ल्स हायर सेकेंडरी स्कूल स उसकी उसना स्टाफ पूरा, पूरा करना उसने स्टाफ नहीं कमी है साइंस टीचर उतनी मौजूद कोनी बच्चा एफ एफ एस सी आई काम उन आस्ते स्टाफ को नहीं। प्लीज ए पूरा करो ये तो दो साल पहले भी माताबा भी है ਹਣ ਤੇ ਜਿਹੜਾ ਆਇਆ ਮੈਂ ਕਹਤਕੁ ਮਾਜਦ ਜੀ ਕਿ ਹੁਣ ਤੇ ਬੁਆਇਜ਼ ਵਿੱਚ ਵੀ ਕਿਉਂਕਿ ਲਾਸਟ ਟਾਈਮ ਹਕੂਮਤ ਪੰਜਾਬ ਇਹ ਆਇਆ ਕਿ ਟ੍ਰਾਂਸਫਰ ਕਰਾਈ ਸਕਣੇ ਹੋ ਤਾਂ ਘਰਾਂ ਕੋਲ ਟ੍ਰਾਂਸਫਰ ਹੋਈ ਗਏ ਬਹੁਤ ਸਾਰੇ ਬੰਦੇ ਤੇ ਬੁਆਇਜ਼ ਵਿੱਚ ਹੀ ਤੇ ਸਾਧਾਰਨ ਕਮੀ ਹੋਈਗੀ ਕਾਲੇ ਲੈਵਲ ਨਹੀਂ ਮੈਂ ਇਸ ਤਰਫ ਅੱਛਾ ਬੁਆਇਜ਼ ਨਾ ਸਾਡੇ ਪਹਿਲੇ ਸਾਲ ਨਾ ਦੂਏ ਸਾਲ ਨਾ ਰਿਜ਼ਲਟ ਅੱਛਾ ਸਾ ਉਸ ਨਾਲ ਇਹ وجہ ਸੀ ਕਿ ਜਿਹੜੇ ਦੂਰੂ ਪ੍ਰੋਫੈਸਰ ਸਾਹਿਬਾਨ ਅਛਨੇ ਸੇ ਉਹ ਆਪਣੀ ਮਿਹਨਤ ਕਰਨੇ ਸੇ ਉਹ ਸੜਾ ਰਿਜ਼ਲਟ ਸਾ ਹੁਣ ਤੁਸਾਂ ਤੱਕੋ ਡੇ ਬਾਈ ਡੇ ਰਿਜ਼ਲਟ ਪਿੱਛੇ 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 ਮਾੜਾ ਜਾਣਾ ਪਿਆ ਐਡਮਿਸ਼ਨ ਵੀ ਕਰਨੇ ਹੀ ਨਹੀਂ ਉਹਨਾਂ ਨੇ ਕੋਸ਼ਿਸ਼ ਹੋਣੀ ਐਡਮਿਸ਼ਨ ਨਾ ਵਾ ਕਿਉਂਕਿ ਸਟਾਫ ਕੋ ਨਹੀਂ ਤੇ ਵਾਇਸ ਗਾਰਡਸ ਨਾ ਉਹ ਤੇ ਦੂਸਰਾ ਸਾ ਸਾੜਾ ਜਿਹੜਾ ਗਰਾਊਂਡ ਨਾ ਉਹ ਬਹੁ ਸਾਰਾ ਐਮਪੀਏ ਸਾਹਿਬ ਨਾ ਸ਼ੁਕਰੀਆ ਅਸਾਂ ਕਰੀਬ ਤਰੀਨ ਪਹੁੰਚੇ ਹੋਇਆ ਬਸ ਜਸਟ ਗ੍ਰਾਂਟ ਮਿਲਨੀ ਤੇ ਅਸਾਂ ਉਹ ਗਰਾਊਂਡ ਬੇਵਲਸ ਨਾ ਜਿਹੜਾ ਗਰਾਊਂਡ ਆ ਉਹ ਸਾਂ ਬਸ ਬਾਉਂਡਰੀ ਔਰ ਸੀਟਾਂ और बेहने जगह स्टेज ये सारा कुछ असं सा, इनशा बना सा एम पी एवं और लगे हुए बस सिर्फ ग्रांट रहेगी बाकी सारा कम हो गया उस एफर्ट राणा साहब ता ले तारा पता, जी, पता जी, है, है त्यूअर यह दसी सकने हो जी बिल्कुल जी में बिल्कुल ना सारा सिलसिला रैली मिल के चलाया सी बहुत कोशिश अपनी पूरी कोशिश की बचियां बेवल ने बचियां बासन एक खेलना मैदान हो उस जनाब बहुत सारी कामजाबी मिली कि असं ਜਿਹੜੇ ਮੈਂ ਜਿਨ੍ਹਾਂ ਕੋ ਅਥਾਰਟੀ ਆ ਅਥਾਰਟੀ ਨਾਲ ਰابطੇ ਸਿਆਂ ਸਾ ਉਹਨਾਂ ਨੇ ਦੱਸਿਆ ਬਾਇਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਅਲਹਮਦੁਲਿਲਾ ਮਪੀ ਸਾਹਿਬ ਨੇ ਕੋਸ਼ਿਸ਼ ਨਾਲ ਅਸਾਂ ਦੋਸਤਾਂ ਨੇ ਕੋਸ਼ਿਸ਼ ਨਾਲ ਬਹੁਤ ਜਲਦੀ ਇਹ ਵਾਕਈ ਇੱਕ ਕੰਮ ਹੋ ਰਿਹਾ ਹੈ ਲਾਇਆ ਤੇ ਅਸਾਂ ਤਾਂ ਸਾਂ ਉਹ ਆਈ ਤੇ ਦੱਸਿਆ ਚਲੋ ਬਰਨ ਲੋਈ ਨਾਲ ਜ਼ਿਕਰ ਕਰ ਛੋੜਿਆ ਆ ਤਾਲਾ ਤਾਲਾ ਅਸਾਂ ਕੀ ਹਿੰਮਤ ਹੈ ਕੋਸ਼ਿਸ਼ ਦਿਆ ਮਪੀ ਸਾਹਿਬ ਕੀ ਵੀ ਮਜ਼ੀਦ ਕਮ ਕਰਨਾ ਨਹੀਂ ਖਿਦਮਤ ਕਰਨ ਦਾ ਚਾਂਸ ਦਿਆ ਮੌਕਾ ਦਿਆ ਤੇ ਜੀ ਉਸ ਤੋਂ ਬਾਅਦ ਰੀਆ ਮਾੜਾ ਮਤਾਲਬਾ ਜਿਹੜਾ ਸਾ ਉਹ ਉਸ ਜੀ ਵਿਦਵਾਨ ਆ ਲਿਓ ਕਿ ਜਿਹੜਾ ਸਾਡਾ ਗੌਰਮੈਂਟ ਜਿਹੜਾ ਹਸਪੀਟਲ ਆ ਉਸਨੇ ਚਮਲਾਪੂਰਾ ਕੀਤਾ ਜਾਏ ਉਸਨੀ ਬਿਲਡਿੰਗ ਨਹੀਂ ਜਿਹੜੀ ਹੈ ਉਹ ਰੀਫਰਨਿਸ਼ ਕੀਤੀ ਜਾਏ ਔਰ ਉਸਨੇ ਘੱਟੋ ਘੱਟ 24 ਘੰਟੇ ਨਾ ਜਿਹੜਾ ਨਾ ਸਟਾਫ ਮੌਜੂਦ ਹੋਵੇ ਉਸਨੀ ਬੜੀ ਖਸਤਾ ਹਾਲਤ ਸੀ ਇਹ ਤਰੇਮ ਤਾਲਬੇ ਬੰਨੇ ਸੂ ਪਹਿਲੇ ਵੀ ਬੰਨੇ ਸੂ ਪਹਿਲੇ ਵੀ ਐਮਪੀਏ ਸਾਹਿਬ ਨਾਲ ਲਈ ਐ ਸੇ ਤੇ ਹੁਣ ਵੀ ਐ ਨਾ ਕੋਈ ਸਾਲਾ ਗਲੀ ਨਾ ਮਤਾਲਬਾ ਆ ਨਾ ਕੋਈ ਨਾਲੀ ਨਾ ਮਤਾਲਬਾ ਆ ਨਾ ਕੋਈ ਗੈਸ ਮੀਟਰ ਨਾ ਮਤਾਲਬਾ ਆ ਨਾ ਕੋਈ ਹੋਰ ਚੀਜ਼ ਨਾ ਮਤਾਲਬਾ ਆ ਹੁਣ ਮੈਂ ਸਤ ਸੁਨੇ ਜਵਾਬ ਨਹੀਂ ਤਾਂ ਮੈਂ ਜ਼ਰੂਰੀ ਸਮਝਣਾ ਸਾਂ ਇਸ ਇਸ ਬੈਠਕ ਦੀ ਚੀਜ਼ इस महफल यह जिक्र करना कि त्रै सबे से एक असा इनशाला करीब पोच गया तो दो भी इनशाला एम पी ए साहब पूरा कर सी ए साहब सड़े नाल वादा किता वा तो एम पी ए साहब मकीी यह जकीन आ कि मैं सियासी हवाले ना नहीं उस तू अलावा भी उन्हें जानना कि जेड़ा वादा करने जब कौसर साहब पूरा करने वह कदें भी वादा खिलाफ ही नहीं करने तो इस सोच नाल फिर आ, ਇਸ ਮਸਾਇਲ ਤੋਂ ਅਸਾਂ ਗੁਜ਼ਰੇ ਆ ਇਥੋਂ ਅਸਾਂ ਸ਼ਿਫਟ ਹੋਣਾ ਪਿਆ ਪਿੰਡੀ ਗਏ ਆ ਅਸਾਂ ਸਿਸਟਰ ਨਹੀਂ تعلیم ਛੋਟੇ ਭਾਈਆਂ ਨਹੀਂ تعلیم ਅਸਾਂ ਪਿੰਡੀ ਫਿਰ ਕੀਤੀ ਤੇ ਮੈਂ ਇੱਥੇ ਹੁਣ ਗਾਜ਼ ਕਾਲਜ ਕੈਂਪਸ ਬਣਾਇਆ ਫਾਤਿਮਾ ਜਨਾ ਗਾਜ਼ ਕਾਲਜ ਹੁਣ ਸਟਾਰਟ ਜਿਹੜਾ ਅਸਾਂ ਕੀਤਾ ਉਹ ਇਨਸ਼ਾਅੱਲਾ ਆਈ ਕਾਮ ਐਫ ਏ ਔਰ ਐਫ ਐਸ ਸੀ ਤੋਂ ਤੇ ਇਸ ਤੋਂ ਅੱਗੇ ਫਿਰ ਅਸਾਂ ਇਨਸ਼ਾਅੱਲਾ ਥਰਡ ਈਅਰ ਸ਼ੁਰੂ ਕਰਸਾਂ ਤੇ ਬੀ ਇਨਸ਼ਾਅੱਲਾ ਜੀ ਇਨਸ਼ਾਅੱਲਾ ਤੇ ਸਟਾਫ ਵੀ ਕੋਈ ਵੀ ਵਿਜ਼ਿਟ ਅਸਤਾ ਚੀ ਸਕਣਾ ਮਾੜੇ ਕੋਲੇ ਚੈੱਕ ਕਰੀ ਸਕਣਾ ਕਿ ਮਾੜੇ ਕੋਲੇ ਐਡਮਿਸ਼ਨ ਨਹੀਂ ਚੇ ਘਾਟੇ ਬਾਰ ਮਾੜਾ ਸਟਾਫ ਉਹ ਚੈੱਕ ਕਰੀ ਸਕਣਾ ਸੀਵੀ ਚੈੱਕ ਕਰਨ ਸਟਾਫ ਨਹੀਂ ਕਿ ਮੈਂ ਸਟਾਫ ਇਨਸ਼ਾਅੱਲਾ ਇੱਕ ਤਾਂ ਆਇਆ ਕਿ ਸਟਾਫ ਤਜਰਬੇਕਾਰ ਆ ਦੂਆ ਜਿਹੜਾ ਫਾਤਿਮਾ ਜਾਂ ਗਰਲਸ ਕਾਲਜ ਆ ਗੁਜਰ ਖਾਨ ਉੱਥੋਂ ਮੈਂ ਸਟਾਫ ਉਹਨਾਂ ਕੋਲੋਂ ਉਹਨਾਂ ਕੀ ਰਿਕੁਐਸਟ ਕੀਤੀ ਤੇ ਚਾਰ ਮਾੜਾ ਟੀਚਰਸ ਉੱਥੋਂ ਅਸ਼ਨੇ ਜਿਹੜੇ ਇੱਥੇ ਉਹ ਕਰਸੰਤ ਗਰਲਸ ਕਾਲਜ ਬਿਲਕੁਲ ਅਲੱਗ ਬਿਲਡਿੰਗ ਹੀ ਅਲੱਗ ਸ਼ੁਰੂ ਕੀਤਾ ਤਾਂ ਉਸਨੇ ਅਸਤਾ ਵੀ ਅਗਰ ਕੋਈ ਬੱਚੀ ਐ ਐਡਮਿਸ਼ਨ ਕਿ ਨਾ ਜਾਣੀ ਤਾਂ ਉਹ ਜ਼ਰੂਰ ਅੱਛਣ ਇੱਕ ਵਾਰ ਉਸਨੇ ਵਲਦਿਆਂ ਨੂੰ ਵਿਜ਼ਿਟ ਕਰਨ ਤਾਂ ਇਨਸ਼ਾਅੱਲਾ ਜਿਸ ਤਰ੍ਹਾਂ ਸਕੂਲ ਵਿੱਚ ਮਿਆਰੀ ਤਾਲੀਮੀ ਕਾਲਜ ਵਿੱਚ ਇਸ ਤਰ੍ਹਾਂ تعلیم ਅਤੇ ਤਰਬੀਅਤ ਦਿੱਤੀ ਜਾਂਦੀ ਆ ਸੀ ਬਾਪਰ ਦਾ ਮਾਹੌਲ ਆ ਅਲੱਗ ਬਿਲਡਿੰਗ ਹੀ ਬਿਲਕੁਲ ਉਸਨੇ ਚ ਸਾਰੇ ਫੀਮੇਲ ਸਟਾਫ ਆ ਕੋਈ ਮੇਲ ਸਟਾਫ ਕੋ ਨਹੀਂ ਔਰ ਮੇਲ ਨਾ ਜਾਣਾ ਉਸ ਬਿਲਡਿੰਗ ਦੇ ਅੰਦਰ ਅਲਾਉ ਵੀ ਨਹੀਂ ਹਤਾ ਤੱਕੇ ਮਾੜਾ ਵੀ ਜਿਹੜਾ ਆਫਿਸ ਆ ਮੈਂ ਹੀ ਆਫਿਸ ਯੂਜ਼ ਕਰਾਂ ਮੈਂ ਉਹ ਵੀ ਮਾੜਾ ਵੀ ਜਾਣਾ ਉੱਥੇ वैसे तुसा ने जिस टाइम स्टडी टाइम अलाउ नहीं कोई मेल में अलाउ ही नहीं ਕੀਤਾ ਉਥੇ ਜਾਣਾ గేਟ ਉੱਪਰ ਵੀ ਜਿਹੜਾ ਅਸਾਂ ਕੋਸ਼ਿਸ਼ ਕੀਤੀ ਇੱਕ ਤਾਂ ਗੇਟ ਨੇ ਬਾਹਰ ਜਿਹੜਾ ਗਾਰਡ ਆ ਉਹ ਗਾਰਡਾ ਉਸ ਤੋਂ ਅੰਦਰ ਗੇਟ ਨੇ ਜਿੰਨੇ ਮਾਮਲੇ ਆ ਤੇ ਉਹ ਵੀ ਅਸਾਂ ਆਇਆ ਰੱਖੀ ਕੋਈ ਅੰਦਰ ਮੇਲ ਨਹੀਂ ਜਾਣ ਲਾ ਇਨਸ਼ਾਅੱਲਾ ਜਿਸ ਤਰ੍ਹਾਂ ਸਕੂਲ ਨਾਲ ਵਾਲਾ ਸਟਾਫ ਜਿਹੜਾ ਹੁਣ ਮੌਜੂਦ ਆ ਜਾਂ ਜਿਹੜੇ ਚੱਲੇਗੇ ਉਸ ਚੀਜ਼ ਦੀ ਗਵਾਹੀ ਦੇਣੇ ਕਿ ਅਸਾਂ ਨੇ ਕਾਰਨਾਮਾ ਹੋਲਾ ਇਸ ਤਰ੍ਹਾਂ ਮੈਂ ਉਸ ਕਾਲਜ ਨਾਲ ਵੀ ਮਾਹੌਲ ਬਣਾਸਾ ਬਾਪਰਦਾ ਮਾਹੌਲ ਜਿਸਨੇ ਵਿੱਚ ਕਮਜ਼ ਕਮ ਵਲਦੈਨ ਕੀਏ ਪਰੇਸ਼ਾਨੀ ਨਾ ਹੋਵੇ ਕਿ ਸਾਰੀਆਂ ਬੱਚੀਆਂ ਪਤਾ ਨਹੀਂ ਕਿਵੇਂ ਮਾਹੌਲ ਜਾਣੀਆਂ ਬਹੁਤ ਜ਼ਬਰਦਸਤ ਬਹੁਤ ਖੂਬਸੂਰਤ ਗੱਲਬਾਤ ਹੋਈ ਤੇ ਪੋਰਮਸ ਲਕਲੋਸ ਕੋ ਸੰਤ ਹੁਣ ਜਨਾਬ ਮੈਂ ਉਮੀਦ ਕਰਨਾ ਕਿ ਤੁਸਾਂ ਕੀ ਵੀ ਬਹੁਤ ਅੱਛੀ ਮਾਲੂਮਾਤ ਮਿਲੀਆਂ ਹੋਣ ਇਨਸ਼ਾਅੱਲਾ ਇਸ ਤਰ੍ਹਾਂ ਮਜ਼ੀਦ ਮਾਲੂਮਾਤ ਮਾਲੂਮਾਤੀ ਪ੍ਰੋਗਰਾਮ ਆਉਣੇ ਰਹਸਾਂ ਤੁਸਾਂ ਦੀ ਖਿਦਮਤ ਵਿੱਚ ਤੇ ਮੈਂ रिक्वेस्ट कर के कोई मैसेज अज वाल तो ने वाले तो ता मननादेन वाल की यह रिक्वेस्ट करस जितू मैं स्टार्ट कि माड़ा एंड भी माड़ी हर वालदेन की ये रिक्वेस्ट थी कि ओलाद अल्लाह तीन बहुत बड़ी नियमत थी अल्लाह तीन बाकी जितनिया भी असा की नियमता हा میں سمینا اولاد اللہ تعالی دی بہت بڑی نعمت ہے تے جنہ جنہ والدین نا کہ اللہ تعالی اس نعمت اے نعمت دیتی تے اس نعمت دی قدر جانو تے اولاد نی تعلیم پر جتنی توجہ دینے ہونا اتنی تربیت پر توجہ دیو اور اپنی اولاد کی کم از کم دینی تعلیم ضرور دلاؤ دینی تعلیم س بغیر اسانی کوئی زندگی کو نہیں اسانی تعلیم نا کوئی مقصد کو نہیں اساں نہیں تعلیم نا کوئی فائدہ کو نہیں او تعلیم نہیں او ڈگری ہے डिग्री और तालीम बड़ा फर्क है तो दिलीन दीनी तालीम ना जरूर फोकस रखो और ऐसा अदार चॉइस करो ऐसा अदार अपने बच्चे भेजो कि जड़े सिर्फ तने बच्चों की दीनी तालीम मुसलमान बनाने देने जे कु मसलक ने पैरोकारे जेस अदारे ने अंदर तने बच की मसलक नहीं तालीम देने ऐसा अदार अपने बच्च की ना भेजो बिल्कुल मसलक ना पढ़ो अल्लाह ताले कि ऐमान वालो अल्लाह की रस्सी को मजबूती से थामे रखो और आपस में तो फरकाबाजी मत डालो तो इसे अगर तम तुसा, नज़र रखना कि अस जिस बच्चे की एक अदारा है वो, बच्चे, की की अच्छा बच्चे, की बच्चे की अच्छा मॉडर्न बनाना पे इंग्लिश तक अच्छी सिखा पे अगरने बच्चे की मसलक नेलीम देना पे बच्चे की अच्छा मुसलमान नहीं बनाना पे तो यह ना समझो कि ती तलीम हासिल करना पे ਤੁਸੀਂ ਉਸੇ ਲੈ ਅੱਛੀ تعلیم ਹਾਸਲ ਕਰਨਾ ਪਿਆ ਕਿ ਜਿਸ ਲੈ ਕੋਈ ਵੀ ادارہ دینی ਨਾਲ ਦੁਨਿਆਵੀ تعلیم ਦੋਏ تعلیمਾਂ ਉੱਪਰ ਫੋਕਸ ਆ ਤਾਂ ਉਸ ادارے ਕੀ ਤੁਸੀਂ ਪ੍ਰੇਫਰ ਕਰੋ ਉਸ ادارے ਚ ਆਪਣੇ ਬੱਚੇ ਭੇਜੋ ਬਿਲਕੁਲ ਜੀ ਬਹੁਤ ਜ਼ਬਰਦਸਤ ਗੱਲ ਕੀਤੀ ਨਾ ਕਿ ਬਿਲਕੁਲ ਐਸਾ ادارہ ਹੋਣਾ ਚਾਹੀਦਾ ਜਿਹੜਾ ਕੋਈ ਖਾਸ ਮਸਲਕ ਨਾ ਪੈਰੋਕਾਰ ਨਾ ਹੋਵੇ ਖਾਸ ਮਸਲਕ ਨਹੀਂ ਤਰਵੀਜ ਨਾ ਕਰਨਾ ਹੋਵੇ ਜਾਂ ਖਾਸ ਮਸਲਕ ਨਹੀਂ تعلیم ਨਾ ਦੇਣਾ ਹੋਵੇ ਇਹ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਨਾ ਮੈਂ ਅਪਰੀਸ਼ੀਏਟ ਕਰਨਾ ਇਹਨਾਂ ਕਿ ਕਿ इस गल पर हर एक चीज़ पर बहुत अच्छी तरह नज़रिया और हर मामले में बहुत अच्छी तरह इतराक रखना है मैं इजाज़त किन तो 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 सा, सारे दोस्तों को बहुत लम्बी चोरी गुतगु हुई गलत बहुत सारिया रेह कोशिश कर स इन शाला अगले प्रोग्राम में बहुत अच्छे तरीके नाब सी गुफ्तु की जाए बहुमस्तक गुफगु है अबद हुसैन साहब जहाँ नाल जीत जी अबुद हुसैन साहब

मैं भी अपना एक मैसेज रिकॉर्ड करना चाहा क्योंकि वालदेना वात प्रोग्राम हा तो इस तरह के बहुत सारे वालदेन आपस में इतलाफ करने होने या कोई गुस्सा शुस्सा हो जाफों ही जा, किसा है एक तो अक्सर यह होना कि बच्चे ने सामने लड़ाई झगड़ा करने दंगा फसाद करने या प्रबलम क्रिएट करने ठीक है और उसना बच्चे पर भी बहुत ਮਨਫੀ ਅਸਰ ਜਾਣਾ ਮਾੜਾ ਅਸਰ ਪੈਣਾ ਉਹ ਸੰ ਜਿਹੜੀ ਜਾਨੀ ਅਪਰੋਚ ਜਾਂ ਉਹ متاثر ਹੋਣੀ ਇਸ ਵਾਸਤੇ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਸਾਹਮਣੇ ਇਸ ਤਰ੍ਹਾਂ ਦੀ ਗੁਫਤਗੂ ਨਾ ਕਰੋ ਅੱਛੀ ਗੁਫਤਗੂ ਕਰੋ ਔਰ ਬੱਚਿਆਂ ਕੀ ਪਰ ਅੱਛੇ ਬੱਚਿਆਂ ਦੇ ਜ਼ਹਿਨਾਂ ਪਰ ਅੱਛਾ ਅਸਰ ਪਿਆ ਮੁਸਬਤ ਅਸਰ ਪਿਆ ਤੁਸਾਂ ਨੇ ਕਿਰਦਾਰ ਨਾ ਤੁਸਾਂ ਨੇ ਗੱਲ ਬਾਤ ਨਾ ਜਿਹੜੇ ਖਾਸ ਕਰਕੇ ਮੀਆਂ ਬੀਵੀ ਮੈਂ ਉਹਨਾਂ ਨੇ ਵਾਰ ਨਾਲ ਗੱਲ ਕਰਨਾ ਪਿਆ ਕਿ ਉਹ ਆਪਣਾ ਕਿਰਦਾਰ ਆਪਣੇ ਅਮਲ ਅੱਛਾ ਰੱਖੋ ਆਪਣਾ ਜਿਹੜੇ ਆਪਸ ਨੇ ਮਾਮਲੇ ਆ ਤੇ ਮੀਆਂ ਬੀਵੀਆਂ ਉਹ ਅੱਛੇ ਤਰੀਕੇ ਨਾਲ ਰੱਖੋ ਤਾਂ ਕਿ ਬੱਚਿਆਂ ਨੇ ਜ਼ਹਿਨ ਸਾਜੀ ਅੱਛੇ ਤਰੀਕੇ ਨਾਲ ਵਿਕਸਤ ਹੋ ਸਕੇ ਤੇ ਇਸ ਨਾਲ ਹੀ ਮੈਂ ਸੋ ਸਾਰਿਆਂ ਕੋ ਸਾਰਿਆਂ ਦੋਸਤਾਂ ਕੋ ਇਜਾਜ਼ਤ ਕਿੰਸਾ ਇਨਸ਼ਾਅੱਲਾ ਅਦਰ ਸੇਅਰ ਰਾਸ਼ ਸਾਹਿਬ ਸਾਡ ਨਾਲ ਸੇ ਜੀ ਤੇ ਜਨਾਬ ਜੀਕ ਬਿਲਕੁਲ ਇੰਟਰ ਸਕੂਲ ਸਪੋਰਟਸ ਕਰਵਾਏ ਜੀ ਕਿਉਂਕਿ ਜੀਕ ਬਿਲਕੁਲ ਜੀ ਰਾਸ਼ ਸਾਹਿਬ ਇਨਸ਼ਾਅੱਲਾ ਜੀ ਇਨਸ਼ਾਅੱਲਾ ਜੀ ਟਾਈਮ ਉਪਰ ਟਾਈਮ ਉਪਰ ਉਹ ਸੁਣ ਤੇ ਇਨਸ਼ਾਅੱਲਾ ਗੁਫਤਗੂ ਵੀ ਮਜ਼ੀਦ ਹੋਈ ਰਹੀ ਸੀ ਮੈਂ ਇਸ ਮੈਸੇਜ ਨਾਲ ਹੀ ਤੁਸਾਂ ਸਾਰਿਆਂ ਦੋਸਤਾਂ ਕੋ ਇਜਾਜ਼ਤ ਕਿੰਸਾ ਕਿ ਪ੍ਰੋਗਰਾ वक्त खत्म हो चुका जिंदगी रे फिर इंशाल्लाह मुलाकात हो सी यार जिंदा तबत बाकी